ਸਿਕਾਵੀਆਵਾ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੋਲ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਕੌਮੀ ਇਨਸਾਫ ਮੋਰਚਾ ਮੁਹਾਲੀ ਪਹੁੰਚੇ ਹਾਂ ਜਿੱਥੇ ਲਗਾਤਾਰ ਵੱਡੇ ਵੱਡੇ ਪ੍ਰੋਗਰਾਮ ਮੁਲਕੇ ਜਾ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੂਰਾ ਜ਼ੋਰ ਲੱਗਿਆ ਹੋਇਆ ਹੈ ਸੁਪਰੀਮ ਕੋਰਟ ਦੇ ਤੱਕ ਵੀ ਪਹੁੰਚ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਵੀ ਜਿਹੜਾ ਫੈਸਲਾ ਸੁਣਾਇਆ ਗਿਆ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਸੋ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਨਾਲ ਨਾਲ ਪੰਜਾਬ ਦੇ ਵਿੱਚ ਚੱਲ ਰਹੇ ਚਲੰਤ ਸਿੱਖ ਮੁੱਦਿਆਂ ਤੇ ਵੀ ਗੱਲਬਾਤ ਕਰਨੀ ਹੈ ਸਾਡੇ ਨਾਲ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੋਰਚੇ ਬਾਰੇ ਦੱਸੋ ਮੋਰਚੇ ਦਾ ਕੀ ਹਾਲ-ਚਾਲ ਹੈ ਪੂਰੀ ਤਨਦੇਹੀ ਦੇ ਨਾਲ ਲੱਗੇ ਹੋਏ ਹਾਂ ਲਗਾਤਾਰ ਪ੍ਰੋਗਰਾਮ ਤੇ ਪ੍ਰੋਗਰਾਮ ਉਲੀਕ ਰਹੇ ਹਾਂ ਸਤਲੁਜ ਟੀਵੀ ਦੀ ਪੂਰੀ ਟੀਮ ਦਾ ਪਹਿਲੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਮੇਂ ਸਮੇਂ ਇਨਸਾਨ ਤੁਸੀਂ ਸਾਡੇ ਜਿਹੜੇ ਵਿਚਾਰ ਆਉਂਦੇ ਆਪਦੇ ਈਸ਼ਵਦੇਸ਼ ਦੀਆਂ ਸੰਗਤਾਂ ਨਾਲ ਸਾਂਝੇ ਕਰਾਉਂਦੇ ਰਹਿੰਨੇ ਹਾਂ ਜਿਹੜਾ ਪ੍ਰੋਗਰਾਮ ਹੈ ਸੁਪਰੀਮ ਕੋਰਟ ਦੇ ਵਿੱਚ ਆਰਡਰ ਹੋ ਚੁੱਕਾ ਹੈ ਉਸਾਰਿਆਂ ਨੂੰ ਪਤਾ ਹੈ ਕਿ ਮੋਰਚਾ ਚਚਕਾ ਨਹੀਂ ਸਕਦੀ ਸਰਕਾਰ ਨੂੰ ਮੈਂ ਆਰਡਰ ਕੀਤਾ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੰਜਾਬ ሊਓ ਹੁਣ ਪਬਲਿਕ ਨੂੰ ਮੈਂ ਦੱਸਣਾ ਚਾਹੁੰਨਾ ਜਿਹੜਾ ਕੋਈ ਵੀ ਕਹਿੰਦੀ ਹੈ ਜਦੋਂ ਉਹਦੀ ਛੁੱਟੀ ਤੁਰਦੀ ਆ ਪਹਿਲਾਂ ਉਦੋਂ ਬਾਅਦ ਗੁੱਡ ਕੰਡਕਟ ਬਣਦਾ ਫਿਰ ਉਹਨੂੰ ਪ੍ਰੀਮਚੋਰ ਬੇਨ ਮਿਲਦੀ ਰਿਹਾਈ ਮਿਲਦੀ ਜਿੱਦਾਂ ਲਖਵਿੰਦਰ ਸਿੰਘ ਨੂੰ ਪਾਈ ਸਮਸ਼ੇਰ ਸਿੰਘ ਨੂੰ ਪਾਈ ਗਰਮੀਤ ਸਿੰਘ ਨੂੰ ਮਿਲੀ ਆ ਹੂੰ ਇਦਾਂ ਪਹਿਲਾਂ ਜਿ세ਦਾ ਜਗਤਾਰ ਸਿੰਘ ਹਵਾਰਾ ਜੇਰ ਸ਼ਿਫਟ ਹੋਊਗੀ ਪੰਜਾਬ 'ਚ ਹੁਣ ਉਹਦੇ ਤੇ ਜੇਰ ਮੈਨੂਅਲ ਦਿੱਲੀ ਦਾ ਲਾਗੂ ਹੁੰਦਾ ਹੂੰ ਕਿਉਂਕਿ ਫੇਰ ਜਦੋਂ ਛੁੱਟੀ ਤੋੜਨੀ ਆ ਉਦੋਂ ਉੱਥੇ ਘਰ ਦਾ ਐਡਰੈਸ ਲੋਕਰ ਖਾਸ ਰਿਸ਼ਤੇਦਾਰ ਦਾ ਐਡਰੈਸ ਰਿਸ਼ਤੇਦਾਰ ਦੀ ਜ਼ਮਾਨਤ ਇੱਕ ਕਲੋਜ਼ ਰਿਲੇਟਿਵ ਦੀ ਜ਼ਮਾਨਤ ਹੁੰਦੀ ਆ ਪ੍ਰੀਮੇ ਦਿੱਲੇ ਫਿਰ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੁਪਰੀਮ ਕੋਰਟ ਚ ਜਲਦੀ ਤੋਂ ਜਲਦੀ ਪਟੀਸ਼ਨ ਫਾਈਲ ਹੋਏਗੀ ਹੂੰ ਉਹ ਫਿਰ ਨੋਟਿਸ ਹੋਏਗਾ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਨੂੰ ਤੇ ਜੂਟੀ ਨੂੰ ਐ ਦਿੱਲੀ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਹੂੰ ਉਸ ਤੋਂ ਬਾਅਦ ਜਦੋਂ ਸ਼ਿਫਟ ਹੋ ਜਾਏਗਾ ਫਿਰ ਉਹ ਤੇ ਜੇਰਮੈਨੂ ਲਾਗੂ ਹੋਏਗਾ ਇੱਕ ਪਰਮਜੀਤ ਸਿੰਘ ਪਿਹੋਰਾ ਦੀ ਜਿਹੜੀ ਕੁਝ ਗਲਤੀਆਂ ਦੇ ਨਾਲ ਲੱਗ ਗਈ ਬੇਲ ਉਹਦੀ ਬੇਲ ਨਹੀਂ ਸੀ ਲੱਗਣੀ ਚਾਹੀਦੀ ਉਹਦੀ ਪੈਰੋਲ ਹੀ ਹੋਣੀ ਚਾਹੀਦੀ ਅਸੀਂ ਇਹ ਦਬਾਅ ਬਣਾਉਣਾ ਵੀ ਉਹਦੀ ਜਲਦੀ ਤੋਂ ਜਲਦੀ ਪੈਰੋਲ ਹੋਵੇ ਜਥੇਦਾਰ ਜਿਹੜਾ ਜਕਤਾਰ ਸਿੰਘ ਵਾਰਾ ਜਦੋਂ ਪੰਜਾਬ ਸ਼ਿਫਟ ਹੋ ਗਿਆ ਸਮਝ ਲਓ ਬਹੁਤ ਵੱਡਾ ਮਸਲਾ ਹਾਲ ਦੋਣਾ ਫਿਰ ਉਹਤੇ ਤੇ ਕਾਨੂੰਨ ਜਿਹੜਾ ਇਹ ਲਾਅ ਹੈ ਜੇਰ ਮੈਨੂਅਲ ਉਹ ਪੰਜਾਬ ਦਾ ਲਾਗੂ ਹੋਣਾ ਸਾਡੀ ਕੋਸ਼ਿਸ਼ ਇਹ ਦੋ ਆ ਜਿਹੜਾ ਜਗਤਾਰ ਸਿੰਘ ਤਾਰਾ ਜੀ ਨੇ ਉਹਨਾਂ ਤੇ ਇੱਕ ਕੇਸ ਚੱਲ ਰਿਹਾ ਹੂੰ ਉਹ ਕੇਸ ਜਲਦੀ ਸਮਾਪਤ ਹੋਣਾ ਦਾ ਲਾਸਟ ਮੂਮੈਂਟ ਤੇ ਆ ਦੋ ਤਿੰਨ ਹਫ਼ਤੇ ਚੋਂ ਦੀ ਜਿਹੜੀ ਤਰੀਕ ਤੇ ਸ਼ਹਿ ਸਮਾਪਤ ਹੋਏ ਉਦੋਂ ਬਾਅਦ ਉਹ ਐਲੀਜੀਬਲ ਹੋਵੇਗਾ ਸਮਰਥ ਹੋਵੇਗਾ ਕਿ ਉਹਨੂੰ ਪੈਰੋਲ ਮਿਲ ਸਕਦੀ ਹੈ ਹੂੰ ਇਦਾਂ ਹੀ ਜਿਹੜਾ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਭੁੱਲਰ ਨੇ ਉਹ ਉੱਥੇ ਨੇ ਦਿੱਲੀ ਵਿੱਚ ਉਹਨਾਂ ਦੀ ਉੱਥੇ ਦਿੱਲੀ ਲੱਗੇਗੀ ਆਪਣੀ ਹਾਈ ਕੋਰਟ ਦੇ ਵਿੱਚ ਰੈਟ ਹੂੰ ਜਿਹੜਾ ਗੁਰਦੀਪ ਸਿੰਘ ਖੈੜਾ ਵਾ ਉਹਦੀ ਲੱਗੇਗੀ ਉਹਦੇ ਇੱਥੇ ਜਿਹੜੀ ਆ ਕਰਨਾਟਕ ਉਹ ਵੀ ਅਸੀਂ ਪੁੱਛ ਚੁੱਕੇ ਆ ਜੀ ਅਸੀਂ ਬੰਦੇ ਜਾ ਕੇ ਪੁੱਛੇ ਵੀ ਅਸੀਂ ਲਾਈਓ ਕਹਿੰਦਾ ਤੁਸੀਂ ਮੇਰੀ ਨਾਂ ਲਾਇਓ ਮੇਰਾ ਹੋ ਜਾਣਾ ਇਦਾਂ ਹੀ ਅਸੀਂ ਪ੍ਰੋਫੈਸਰ ਸਾਹਿਬ ਦੇ ਪਰਿਵਾਰ ਨੂੰ ਪੁੱਛਾਂਗੇ ਉਹ ਹਜੇ ਬਾਹਰ ਨਹੀਂ ਵੀ ਦਿੱਲੀ ਲਗਣੀ ਇਹ ਦੋ ਉਹਨਾਂ ਦੇ ਦੋ ਕੇਸ ਇਦਾਂ ਨੇ ਉਹਦੀ ਦਿੱਲੀ ਲਗਣੀ ਪ੍ਰੋਫੈਸਰ ਸਾਹਿਬ ਦੀ ਤੇ ਦੂਸਰੇ ਦੀ ਗਰੀਬ ਤੇ ਖੈਰਾ ਦੀ ਕਰਨਾਟਕ ਲਗਣੀ ਉਹਨੇ ਨਾ ਕਰਤੀ ਬਾਕੀ ਤਿੰਨ ਰਹਿੰਦੇ ਨੇ ਜਿਹੜੇ ਜਗਤਾਰ ਸਿੰਘ ਤਾਰਾ ਤੇ ਜਥੇਦਾਰ ਜਗਤਾਰ ਸਿੰਘ ਖਵਾਰਾ ਤੇ ਪਰਦੀਪ ਪੋਰਾ ਇਹਨਾਂ ਦੀ ਪਹਿਲਾਂ ਪੈਰੋਲ ਹੋ ਗਈ ਜੋ ਸਾਨੂੰ ਸਮਝ ਆ ਤੇ ਜੋ ਰਾਜਵਾਨਾ ਸਾਹਿਬ ਨੇ ਉਹਨਾਂ ਦੀ ਜਿਹੜੀ ਪੈਂਡਿੰਗ ਆ ਉਹ ਉੱਥੇ ਹੀ ਨੀ ਰਾਸ਼ਟਰਪਤੀ ਕੋਲ ਇਹ ਹੈ ਕਿ ਕੀ ਸਾਡੀ ਕੋਸ਼ਿਸ਼ ਆ ਸੀ ਬਹੁਤ ਵੱਡਾ ਇੱਕ ਪ੍ਰੋਗਰਾਮ ਨਿਕਲਣ ਜਾ ਰਿਹਾ ਕੱਲ ਨੂੰ ਐਲਾਨ ਕਰਨਾ ਉਹਦਾ ਉਹ ਮੈਨੂੰ ਉਮੀਦ ਆ ਵੀ ਉਹ ਸਰਕਾਰ ਦੀ ਹੈ ਜਿਹੜੀਆਂ ਇੱਕ ਬਰੀ ਚੂਲਾ ਉੱਨਾਂ ਹਿੱਲ ਜਾਣਗੀਆਂ ਅਸੀਂ ਸਾਰੇ ਸੰਤਾਂ ਮਹਾਂਪੁਰਸ਼ਾਂ ਨਾਲ ਕਿਸਾਨ ਜੈਸੇ ਬੰਦੀਆਂ ਨਾਲ ਰਾਏ ਕਰਕੇ ਉਹ ਪ੍ਰੋਗਰਾਮ ਕਰਨ ਲੱਗੇ ਆ ਉਹ ਕੱਲ ਨੂੰ ਦੱਸ ਦਿੱਤਾ ਜਾਵੇਗਾ ਇਹ ਹੈਗੀ ਅਪਡੇਟ ਇਹਦੀ ਅੱਜ ਵੀ ਮੈਂ ਜਾ ਕੇ ਆ ਹੁਣ 14 ਤਰੀਕ ਨੂੰ ਫਤੇਕਰ ਸਾਹਿਬ ਲੋਕਲ ਪ੍ਰੋਗਰਾਮ ਹੋਇਆ ਲੋਕਲ ਸੰਗਤਾਂ ਨੂੰ ਵੱਡੇ ਪ੍ਰੋਗਰਾਮ ਲਈ ਜਾਗਰੂਤ ਕਰ ਰਹੇ ਕਾਫੀ ਸੰਗਤ 500 ਦੇ ਕਰੀਬ ਸੀਗੇ ਸਰੀਰ ਉੱਤੇ 21 ਤਰੀਕ ਦਾ ਰੱਖਿਆ ਬਾ ਮਰਿੰਡੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਸੀਸਗੰਗ ਸਾਹਿਬ ਤੋਂ ਲਾਗੇ ਲਾਗੇ ਕਿਲੋਮੀਟਰ ਦੇ ਏਰੀਆ 'ਚ ਲੋਕਾਂ ਨੂੰ ਜਾਗਰੂਤ ਕਰਾਂਗੇ 28 ਤਰੀਕ ਦਾ ਰੱਖਿਆ ਖਮਾਣੋ ਖਮਾਨੋ ਕਸਬਾ ਜਿਹੜਾ ਜਥੇਦਾਰ ਜਗਤਾਰ ਸਿੰਘ ਵਾਰਾ ਦੇ ਬਿਲਕੁਲ ਨੀਅਰ ਪਿੰਡ ਆ ਉਹਦਾ ਲਾਗੂ ਉਸੇ ਦੀ ਬਹੁਤ ਪਿਛਲੇ ਨੇ ਖਮਾਨੋ ਕਰਾਂਗੇ ਇੱਥੇ ਸਾਰਾ ਪ੍ਰੋਗਰਾਮ ਵੱਡੇ ਪ੍ਰੋਗਰਾਮ ਦੀ ਲੋਕਾਂ ਨੂੰ ਜੇ ਜਾਗਤ ਕਰਾਂਗੇ ਲੋਕਾਂ ਨੂੰ ਦੱਸਾਂਗੇ ਕਿ ਅਸੀਂ ਕਿਉਂ ਬੈਠੇ ਆ ਇੱਕ ਵੱਡਾ ਪ੍ਰੋਗਰਾਮ ਕਰਨਾ ਚਾਹੁੰਦੇ ਆ ਜਿਹੜਾ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਸਕੇ ਕਿ ਹੁਣ ਪੰਜਾਬੀ ਦਾ ਲਫ਼ਜ਼ਾ ਸਿੱਧਾ ਜੇ ਆਪਾਂ ਹੋ ਸਕਦਾ ਕੋਈ ਨਾਰਾਜ਼ ਹੋਵੇ ਟੀਟ ਹੋ ਗਈ ਸਰਕਾਰ ਵੀ ਸੁਪਰੀਮ ਕੋਰਟ ਨੇ ਆਰਡਰ ਕੀਤਾ ਸਾਹਮਣ ਤੋਂ ਕੋਈ ਤਖਨੀਕ ਨਹੀਂ ਬੈਠੇ ਰਹਿਣ ਜਿੰਨਾ ਚਿਰ ਮਰਜ਼ੀ ਅਸੀਂ ਇੰਨਾ ਚਿਰ ਬਹਿਣਾ ਨਹੀਂ ਚਾਹੁੰਦੇ ਅਸੀਂ ਸੋਚਦੇ ਵੀ ਜਲਦ ਤੋਂ ਜਲਦੀ ਸਾਡਾ ਜਾਂ ਸਾਨੂੰ ਕਹਿ ਦੇਣ ਵੀ ਅਸੀਂ ਇਹ ਸੰਘ ਛੱਡਣਾ ਹੀ ਨਹੀਂ ਜਾਂ ਸਾਨੂੰ ਕਹਿ ਦੇਣ ਗੁਰੂ ਗ੍ਰੰਥ ਸਾਹਿਬ ਨੂੰ ਬਣਾਉਣਾ ਜਾਂ ਅਸੀਂ ਵੀ ਚੁੱਪ ਕਰ ਜਾਈਏ ਫਿਰ ਦੋ ਕਰੰਦਾਂ ਦੀ ਜਦੋਂ ਅਸੀਂ ਪ੍ਰਸ਼ਾਸਨਾਂ ਇਹਨਾਂ ਨਾਲ ਗੱਲ ਕਰਦੇ ਕਹਿੰਦੇ ਤੁਹਾਡੀਆਂ ਜਾਇਜ਼ ਮੰਗਾਂ ਵਾ ਮੰਨਣੀਆਂ ਚਾਹੀਦੀਆਂ ਮੰਨਦੇ ਕਿਉਂ ਨਹੀਂ ਇਹ ਨੂੰ ਅਜੇ ਸਾਨੂੰ ਸਮਝ ਪਈ ਹੁਣ ਅਸੀਂ ਕੋਸ਼ਿਸ਼ ਕਰ ਰਹੇ ਵੀ ਐਡਾ ਵੱਡਾ ਪ੍ਰੋਗਰਾਮ ਲੀਕ ਰਹੇ ਆ ਜਿਹੜੀ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਕਾਫਲਾ ਆਊਗਾ ਚੰਡੀਗੜ੍ਹ ਇਹਨੂੰ ਪੂਰੀ ਤਰ੍ਹਾਂ ਘੇਰਾਂਗੇ ਇਹਨੂੰ ਦੱਸਾਂਗੇ ਵੀ ਸਿੱਖ ਕੌਮ ਦੇ ਵਿੱਚ ਕਿੰਨੀ ਤਾਕਤ ਵਾ ਕਿੰਨੀ એનર્ਜੀ ਆ ਕਿੰਨੀ ਪਾਵਰ ਵਾ ਇਹ ਸਿੱਖ ਕੌਮ ਤੁਹਾਨੂੰ ਬਣਾ ਸਕਦੀ ਪੰਜਾਬੀ ਬਣਾ ਸਕਦੇ ਨੇ ਬੰਦਿਆਂ ਨੂੰ ਤੇ ਲਾਭ ਵੀ ਸਕਦੇ ਇਸੀ ਪ੍ਰੋਗਰਾਮ ਦੀ ਗੰਗਾ ਬਟ ਠੀਕ ਹੈ ਜੀ ਇੱਕ ਪਾਸੇ ਤੇ ਅਸੀਂ ਸਰਕਾਰ ਤੇ ਪ੍ਰਭਾਵ ਪਾਉਣ ਦੀ ਗੱਲ ਕਰ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਲਿਖ ਰਹੇ ਹਾਂ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਸਿੱਖਾਂ ਲਈ ਕੋਈ ਬਹੁਤੀ ਚੰਗੀ ਖਬਰ ਨਹੀਂ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਐਨਆਈਏ ਪੂਰੀ ਤਰ੍ਹਾਂ ਸਰਗਰਮ ਹੈ ਭਾਈ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਰਿਸ਼ਤੇਦਾਰ ਦੇ ਘਰ ਉਹਨਾਂ ਦੇ ਕਰੀਬੀਆਂ ਦੇ ਘਰ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਤੇ ਦੂਜੇ ਪਾਸੇ ਅੱਜ ਭਾਈ ਸੁਖਰਾਜ ਸਿੰਘ ਜਿਹੜੇ ਕਾਫੀ ਦੇਰ ਤੋਂ ਅੰਬਰਗਾੜੀ ਗੋਲੀकांड ਦੇ ਇਨਸਾਫ ਲਈ ਮੋਰਚਾ ਲਾ ਕੇ ਬੈਠੇ ਨੇ ਉਹਨਾਂ ਨੂੰ ਐਨਆਈਏ ਨੇ ਤਲਬ ਕੀਤਾ ਸੋ ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਮਾਹੌਲ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਇਹ ਪਹਿਲੀ ਗੱਲ ਤਾਂ ਜਿਹੜਾ ਕਾਨੂੰਨ ਹੀ ਗਲਤ ਹੈ ਐਨਆਈਏ ਕਿੱਥੇ ਹੈ ਦਿੱਲੀ ਬੈਠੀ ਹੈ ਹੂੰ ਜਿਆਦਾ ਕੋਈ ਆਫਿਸ ਹੋਏਗਾ ਚੰਡੀਗੜ੍ਹ ਦਾ ਜਿਹੜਾ ਲੋਕਲ ਥਾਣੇਦਾਰ ਹੁੰਦਾ ਐਸਐਚ ਹੁੰਦਾ ਲੋਕਲ ਪੁਲਿਸ ਨੂੰ ਸਾਰਾ ਪਤਾ ਹੁੰਦਾ ਉਸ ਏਰੀਏ ਦੇ ਵਿੱਚ ਕਿਹੜੇ ਪਿੰਡ 'ਚ ਕੀ ਹੋ ਰਿਹਾ ਹਮ ਕਿਹੜਾ ਬੰਦਾ ਕੀ ਕਰ ਰਿਹਾ ਉਹਨਾਂ ਦੇ ਟਾਊਟ ਹੁੰਦੇ ਨੇ ਉਹਨਾਂ ਦੀ ਇਨਫਾਰਮਰ ਹੁੰਦੇ ਨੇ ਉਹਨਾਂ ਦੇ ਰਿਸੋਰਸ ਹੁੰਦੇ ਨੇ ਹਮ ਐਨਆਈ ਨੂੰ ਕੀ ਪਤਾ ਵੀ ਕੀ ਹੋ ਰਿਹਾ ਪਹਿਲੀ ਗੱਲ ਤੇ ਇਹ ਅਧਿਕਾਰ ਨਹੀਂ ਚਾਹੀਦਾ ਸਟੇਟ ਕੋ ਸਟੇਟ ਦੀ ਪੁਲਿਸ ਫੇ ਇਹਦਾ ਮਤਲਬ ਪੁਲਿਸ ਨਲਾਇਕ ਆ ਹਮ ਇਹਦਾ ਮਤਲਬ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਪੁਲਿਸ ਤੇ ਕੋਈ ਵਿਸ਼ਵਾਸ ਨਹੀਂ ਹਮ ਪੁਲਿਸ ਨੂੰ ਕੰਮ ਕਰ ਦੇਣਾ ਚਾਹੀਦਾ ਦੂਜੀ ਗੱਲ ਆ ਵੀ ਐਨਆਈ ਦੀ ਜਿਹੜੀ ਰੇਡ ਪਾਉਣੀ ਐ ਪ੍ਰੈਸ਼ਰ ਪਾਉਂਦੇ ਨੇ ਜਿੰਨਾ ਵੀ ਕਿਸੇ ਕੌਮ ਦੇ ਉੱਤੇ ਦਬਾਅ ਪਵੇਗਾ ਦੇਖੋ ਜੀ ਮੈਂ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਦਾ ਰਾਜੀ ਨਹੀਂ ਗੈ ਜੇ ਕੋਈ ਬੰਦਾ ਗੈਰ ਕਾਨੂੰਨੀ ਕੰਮ ਕਰਦਾ ਲੋਕਲ ਪੁਲਿਸ ਤੇ ਪਾਚਾ ਕਰੀ ਜੋ ਕਰਦਾ ਉਹ ਪਰਿਵਾਰਾਂ ਦੇ ਪਰਿਵਾਰਾਂ ਦੀ ਤਲਾਸ਼ੀ ਲੈਣੀ ਬਿਨਾਂ ਕਾਰਨ ਤੋਂ ਇਹਨਾਂ ਦਬਾਅ ਪਾਉਣਾ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਉਣਾ ਇਹੀ 84 85 ਵਿੱਚ 82 83 ਵਿੱਚ ਹੋਇਆ ਤੇ ਜਦੋਂ 84 ਦੇ ਉੱਤੇ ਅਟੈਕ ਹੋਇਆ ਸ੍ਰੀ ਦਰਬਾਰ ਸਾਹਿਬ ਸ੍ਰੀ ਕਾਲ ਤੱਕ ਸੈਪਟ ਆਇਆ ਤੇ ਲੋਕਾਂ ਦੀਆਂ ਭਾਵਨਾਵਾਂ ਪਟ ਗਈਆਂ ਲੋਕਾਂ ਜੇ ਚਾਹੁੰਦੇ ਆ ਪੰਜਾਬ ਵਿੱਚ ਨਹੀਂ ਸਾਰੇ ਭਾਰਤ ਵਿੱਚ ਸ਼ਾਂਤੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਜਿਹਾ ਉਹਦੀ ਆਵਾਜ਼ ਕਰਨ ਬਦ ਦੇਸ਼ ਵਿੱਚ ਸੀ ਆਹ ਜਿਹੜੀ ਉੱਥੇ ਸੀ ਆਈਡੀਓ ਸਾਰਾ ਭਾਵੇਂ 2 ਮਹੀਨੇ ਲੱਗਦੇ 4 ਮਹੀਨੇ ਲੱਗਦਾ ਉਸ ਬੰਦੇ ਨੂੰ ਉਦੋਂ ਹੀ ਫੜਕਦੀ ਆ ਉਦੋਂ ਹੀ ਅਰੈਸਟ ਕਰਦੀ ਜਦੋਂ ਸਾਰੇ ਸਬੂਤ ਉਹਦੇ ਸਾਹਮਣੇ ਰੱਖਦੇ ਇਹ ਜਾਣ ਬੁੱਝ ਕੇ ਜਰੀਲ ਕਰਦੇ ਆ ਜੇ ਜਦੋਂ ਵੀ ਕਿਸੇ ਵੀ ਕੌਮ ਨੂੰ ਜਰੀਲ ਕੀਤਾ ਜਾਂਦਾ ਜਿਹੜਾ ਉਹਦਾ ਜਿਹੜਾ ਨੌਜਵਾਨ ਤਪਕਾ ਹੁੰਦਾ ਉਹ ਗਲਤ ਰਾ ਅਪਣਾ ਲੇਦਾ ਜਿਹੜਾ ਕਾਨੂੰਨ ਦੇ ਜਦੋਂ ਹੱਥ ਚ ਲੈਦਾ ਫਿਰ ਲੋਕ ਆਹ ਕਰਮਕਤੀ ਲੋਕਰੋਲਾ ਪਾਉਂਦੇ ਨੇ ਇਸ ਕੌਮ ਨੇ ਇਹਨਾਂ ਨੌਜਵਾਨ ਨੇ ਕਾਨੂੰਨ ਹੱਥ ਚ ਉਹ ਕੀ ਕਰਨ ਜਦੋਂ ਕਿਸੇ ਦੇ ਸਾਹਮਣੇ ਉਹਦੀ ਆਪਣੀ ਮਾਂ ਨੂੰ ਉਹਦੀ ਭੈਣ ਨੂੰ ਉਹਦੇ ਬਜ਼ੁਰਗ ਨੂੰ ਉਹਨਾਂ ਦੇ ਕਿਸੇ ਨੂੰ ਜਲੀਲ ਕੀਤਾ ਜਾਵੇਗਾ ਬਿਨਾਂ ਵਜ੍ਹਾ ਤੋਂ ਤਲਾਸ਼ੀ ਲਈ ਜਾਏ ਦਬਕੇ ਮਾਰੇ ਜਾਣਗੇ ਮਾੜਾ ਬੋਲਿਆ ਜਾਊਗਾ ਤੇ ਕਿਸੇ ਨਾ ਕਿਸੇ ਦਾ ਤਾਂ ਪਟਕ ਸਕਦਾ ਨਾ ਮਨ ਇਸ ਕਰਕੇ ਬੇਨਤੀ ਹੈ ਤੁਹਾਡੀ ਮਾਦੇਨ ਸੁਖੇ ਸਰਕਾਰ ਨੂੰ ਕੰਮ ਨਹੀਂ ਕਰਨਾ ਚਾਹੀਦਾ ਉਹ ਉਸ ਬੰਦੇ ਨੂੰ ਜਿਹੜਾ ਕੋਈ ਗੈਰਕਾਨੂੰਨੀ ਕੰਮ ਕਰਦਾ ਬਾਅਦ ਚ ਕਰਨ ਕਿੱਥੇ ਭਜੂ ਉਹ ਉਹ ਜਦੋਂ ਬਿਲਕੁਲ ਸਬੂਤਾ ਸਵੇ ਜਦੋਂ ਅਰੈਸਟ ਕਰਨਗੇ ਇੱਕ ਫੋਕੀ ਤਲਾਸ਼ੀ ਲੈਂਦਾ ਕਿਦੇ ਕੋ ਕੀ ਮਿਲਿਆ ਕੁਛ ਨਹੀਂ ਮਿਲਿਆ ਜਿੰਨੀ ਕੁ ਮੈਂ ਸੁਣਦਾ ਵਾਂ ਉਹ ਕੀ ਕੀਤਾ ਜੀ ਕਾਊਂਟ ਚੈੱਕ ਕੀਤਾ ਕਿਤੇ ਕਾਊਂਟ ਤੇ ਇਨਫੋਰਮੇਸ਼ਨ ਬੈਂਕ ਤੋਂ ਜਦੋਂ ਮਰਜ਼ੀ ਨਿਯਮ ਤੇ ਲੈ ਸਕਦੇ ਨੇ ਆਪਣੀ ਜਿਹੜਾ ਆਧਾਰ ਕਾਰਡ ਉਹਦੇ ਥਰੂ ਲੈ ਸਕਦੇ ਨੇ ਜਿਹੜੇ ਕਾਰਡ ਬਣੇ ਉਹਨਾਂ ਥਰੂ ਲੈ ਸਕਦੇ ਪਤਾ ਸਾਰਾ ਇਹ ਕਿਉਂ ਘਰਾਂ 'ਚ ਜਾ ਕੇ ਤਲਾਸ਼ੀ ਲੈਣ ਕਿ ਘਰਾਂ 'ਚ ਕਿਹੜੀਆਂ ਤੋਪਾਂ ਬੀੜੀਆਂ ਆਵਾਜ਼ ਜਿਹੜੀਆਂ ਚੱਲ ਜਾਣੀਆਂ ਜਾਂ ਕਿਹੜੇ ਇਹ ਡਰੱਗ ਵੇਚਦੇ ਨੇ ਜਿਹਨਾਂ ਬੰਦਿਆਂ ਦੇ ਉੱਤੇ ਇਹਨਾਂ ਨੇ ਰੈਡਾ ਕੀਤੀਆਂ ਸੋ ਇਹ ਬਾਜ਼ ਆਉਣਾ ਚਾਹੀਦਾ ਇਹਨਾਂ ਨੂੰ ਨੁਕਸਾਨ ਹੀ ਹੋਣਾ ਮੈਂ ਨਹੀਂ ਕਹਿੰਦਾ ਸਿੱਖ ਕੌਮ ਦਾ ਨੁਕਸਾਨ ਹੋਣਾ ਜਦੋਂ ਇਹ ਹਿਲਜੁਲ ਜੋ ਵੀ ਹੋਈ ਹੈ ਜਿਹੜਾ ਗੁਲਦਸਤਾ ਵਾ ਮੁਲਖ ਵਾ ਇੰਨਾ ਹੀ ਵੱਖਰੀ ਵੱਖਰੀ ਫੁੱਲ ਨੇ ਵੱਖਰੀਆਂ ਵੱਖਰੀਆਂ ਸਭ ਦਾ ਸਾਰਾ ਹੀ ਖਲਰੇਗਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਐਨਆਈਏ ਚਾ ਕੋਈ ਹੋਰ ਏਜੰਸੀ ਨੂੰ ਕਵੇ ਕਿ ਤੁਸੀਂ ਬਿਨਾਂ ਵਜ੍ਹਾ ਤੋਂ ਕਿਸੇ ਵੀ ਸਿੱਖ ਪਰਿਵਾਰ ਨੂੰ ਕਿਸੇ ਵੀ ਹਿੰਦੂ ਪਰਿਵਾਰ ਨੂੰ ਕਿਸੇ ਵੀ ਮੁਸਲਮਾਨ ਪਰਿਵਾਰ ਨੂੰ ਕਿਸੇ ਵੀ ਦੂਸਰੇ ਪਰਿਵਾਰ ਨੂੰ ਤੰਗ ਨਹੀਂ ਕਰਨਾ ਤੇ ਆਪੇ ਹੱਟ ਜਾਨੇ ਪਰ ਇਹਦਾ ਨੁਕਸਾਨ ਸਾਡਾ ਨਹੀਂ ਨੁਕਸਾਨ ਸਰਕਾਰ ਦਾ ਵੀ ਹੋਏਗਾ ਜਰੂਰ ਹੋਏਗਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਕਾਨੂੰਨ ਗਲਤ ਹੈ ਐਨਆਈਏ ਸਿੱਧਾ ਆ ਕੇ ਪੰਜਾਬ ਚ ਰੇਡ ਕਿਉਂ ਮਾਰਦੀ ਹੈ ਕਿਸੇ ਅਥਾਰਟੀ ਜਿਹੜੀ ਸੰਬੰਧਿਤ ਅਥਾਰਟੀ ਹੈ ਜਾਂ ਸੰਬੰਧਿਤ ਥਾਣੇ ਪਹਿਲਾਂ ਉਹਦੇ ਨਾਲ ਕਿਉਂ ਸੰਪਰਕ ਨਹੀਂ ਕੀਤਾ ਜਾਂਦਾ ਬਿਲਕੁਲ ਕਰਨਾ ਜੀ ਇਹ ਸੰਵਿਧਾਨ ਸੰਵਿਧਾਨਕ ਤੌਰ ਤੇ ਵੀ ਲਿਖਿਆ ਹੋਇਆ ਕਿਸੇ ਵੀ ਏਜੰਸੀ ਨੂੰ ਕਿਸੇ ਵੀ ਘਰੇ ਰੇਡ ਕਰਨ ਤੋਂ ਪਹਿਲਾਂ ਉੱਥੇ ਦੇ ਜਿਹੜਾ ਥਾਣੇ ਦਾ ਐਸਐਚਓ ਹੈ ਜੋ ਥਾਣਾ ਹੈ ਥਾਣੇ ਦੇ ਥਾਣੇ ਨਾਲ ਸੰਬੰਧਤ ਘਾਰਾ ਥਾਣੇ ਨੂੰ ਸੂਚਿਤ ਕਰਨਾ ਉੱਥੋਂ ਇੱਕ ਮੁਲਾਜ਼ਮ ਲੈ ਕੇ ਜਾਣਾ ਜੇ ਕਿਸੇ ਦੀ ਤਲਾਸ਼ੀ ਕਰਨੀ ਆ ਘਰ ਤੋਂ ਘਟ ਜਿਹੜਾ ਐਸ ਡੀ ਐਮ ਐ ਉਹ ਉੱਥੇ ਹਾਜ਼ਰ ਹੋਣਾ ਚਾਹੀਦਾ ਇਹ ਬਿਲਕੁਲ ਲਿਖਿਆ ਹੋਇਆ ਐ ਐਸ ਡੀ ਐਮ ਐ ਤਹਿਸੀਲਦਾਰ ਤੋਂ ਗਸ਼ਟਟ ਆਫਿਸਰ ਤੋਂ ਬਿਨਾ ਕਿਸੇ ਘਰ ਦੀ ਤਲਾਸ਼ੀ ਨਹੀਂ ਲੈ ਸਕਦੇ ਪਰ ਪਬਲਿਕ ਨੂੰ ਨਹੀਂ ਪਤਾ ਲੋਕਾਂ ਨੂੰ ਵੀ ਪਤਾ ਲੋਕ ਬੋਲਦੇ ਨਹੀਂ ਮੇਰੇ ਨਾਲ ਕਈ ਵਾਰੀ ਹੋਈ ਹੈ ਮੈਂ ਕਹਿੰਦਾ ਵੀ ਤੁਸੀਂ ਆਪ ਦਾ ਸਾਨੂੰ ਦਿਖਾਓ ਸਾਡੇ ਜਿਹੜੇ ਵਾਰੰਟ ਕਿਹੜੇ ਨੇ ਤੁਸੀਂ ਸਰਚ ਵਾਰੰਟ ਨਹੀਂ ਸਾਨੂੰ ਦਿਖਾ ਦਿਓ ਵੀ ਕੇਸ ਕੰਮ ਨਹੀਂ ਆਏ ਉਹ ਕੋਰਟ ਲੈ ਕੇ ਦਿੰਦੀ ਹੈ ਪਰ ਪਬਲਿਕ ਨੂੰ ਪਤਾ ਨਹੀਂ ਆ ਜਾਂਦੇ ਅੰਦਰ ਖਲਾਰਾ ਪਾ ਦਿੰਦੇ ਨੇ ਅਲਮਾਰੀਆਂ ਫੂਲ ਦਿੰਦੇ ਨੇ ਲੋਕਾਂ ਦੀ ਉਹਨਾਂ ਚ ਕੀ ਲੱਭਣਾ ਹੈ ਨਾ ਤੁਹਾਡੇ ਘਰ ਵੀ ਐਨਾ ਹੀ ਇਹਦੀ ਬਿਲਕੁਲ ਆ ਜਾਂਦੀ ਨਹੀਂ ਹੁਣ ਤਾਂ ਨਹੀਂ ਆਏ ਪਹਿਲਾਂ ਪਹਿਲਾਂ ਆਉਂਦੇ ਸੀ ਉਹਨੂੰ ਪੁੱਛੀਦਾ ਸੀ ਦਿਖਾ ਦਿਓ ਸਾਡੇ ਕੋਲ ਕੀ ਆ ਫੇਰ ਪਿੰਡ ਦੇ ਸਰਪੰਚ ਨੂੰ ਲਿਆਉਣਾ ਜ਼ਰੂਰੀ ਜੀ ਉਹਦੀ ਗਵਾਹੀ ਪਾਉਣੀ ਜਾਂ ਨੰਬਰਦਾਰ ਦੀ ਗਵਾਹੀ ਵੇਸੀ ਆ ਇਤਕਰ ਦੀ ਤਲਾਸ਼ੀ ਲੈਣੇ ਬਿਨਾਂ وجہ ਤੋਂ ਤਲਾਸ਼ੀ ਲੈ ਨਹੀਂ ਸਕਦੇ ਕਾਰਨ ਕੀ ਹੈ ਦੱਸਣ ਤਲਾਸ਼ੀ ਕਿਉਂ ਲੈਣ ਆਏ ਉਹਨੂੰ ਕਹਿੰਦੇ অথੋਰਾਇਜ਼ ਕੀਤਾ ਕੀਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਾ ਕੇ ਇਸ ਘਰ ਦੀ ਤਲਾਸ਼ੀ ਲਓ ਕੋਈ ਵਾਰੰਟ ਦਿਖਾਓ ਕੋਈ ਅਰੈਸਟ ਵਾਰੰਟ ਦਿਖਾਓ ਇੱਥੋਂ ਤੱਕ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਹੱਥਕੜੀ ਨਹੀਂ ਲਾ ਸਕਦੇ ਜੀ ਸਾਡੇ ਬੰਦੇ ਬਾਹ ਮੂਰੇ ਕਰ ਦਿੰਦੇ ਇਹਨਾਂ ਕੋਈ ਅਧਿਕਾਰ ਨਹੀਂ ਹੱਥਕੜੀ ਲਾਉਂਦਾ ਹੱਥਕੜੀ ਉਦੋਂ ਲਾ ਸਕਦੇ ਜਾਂ ਤਾਂ ਜਿਹੜੀ ਕੋਰਟ ਵੱਲ ਲਿਖ ਕੇ ਦੇਵੇ ਇਹਦੇ ਹੱਥਕੜੀ ਲਾਓ ਜਾਂ ਇਹ ਖੁਦ ਲੈ ਉਹਦੇ ਰੀਜਨ ਦੱਸਣ ਉਹ ਪ੍ਰੋਪਰ ਦੱਸਣ ਹਵਾ ਲਾਤੀ ਜੀ ਹੱਥਕੜੀ ਨਹੀਂ ਲੱਗਦੀ ਹੱਥਕੜੀ ਲੱਗਦੀ ਜਦੋਂ ਬੰਦਾ ਕੈਦੀ ਹੁੰਦਾ ਪਰ ਸਾਡੇ ਇੱਥੇ ਕਰਦੇ ਹਾਂ ਕਿਉਂਕਿ ਪਬਲਿਕ ਨੂੰ ਪਤਾ ਨਹੀਂਗਾ ਤੇ ਲੇਡੀਜ਼ ਨੂੰ ਕਦੇ ਵੀ ਸ਼ਾਮ ਨੂੰ 6 ਵਜੇ ਤੋਂ ਬਾਅਦ ਉਹਦੀ ਕਲਾਸੀ ਨਹੀਂ ਲੈ ਸਕਦੇ ਰੈਸਟਿੰਗ ਕਰ ਸਕਦੇ ਪਰ ਇਹ ਕਰੀ ਜਾਂਦੇ ੱਟਕਾ ਕਰੀ ਜਾਂਦੇ ਜਿੱਥੇ ਜਿੱਥੇ ਜਦੋਂ ਅਨਜਸਟਿਸ ਹੁੰਦੀ ਹੈ ਅਨਿਆਂ ਹੁੰਦਾ ਉੱਥੇ ਏਜੰਸੀਆਂ ਵੀ ਕਰਦੀਆਂ ਸਰਕਾਰ ਦਾ ਦਬਦਬਾ ਹੈ ਨਹੀਂ ਪੰਜਾਬ ਸਰਕਾਰ ਦਾ ਕੋਈ ਵੀ ਇਹਨਾਂ ਤੇ ਨਹੀਂ ਤਾਂ ਉਹ ਕਹਿਣ ਵੀ ਤੁਸੀਂ ਤੁਹਾਡੇ ਕੋ ਕੀ ਅਥੋਰਟੀ ਹੈ ਜੀ ਸਾਡੀ ਪੰਜਾਬ ਪੁਲਿਸ ਤੋਂ ਬਿਨਾਂ ਤੁਸੀਂ ਸਾਡੇ ਥਾਣੇ ਤੋਂ ਬਿਨਾਂ ਜਾਂ ਡੀਸੀ ਤਹਿਸੀਲਦਾਰ ਐਸ ਡਿਪ ਤੋਂ ਬਿਨਾਂ ਤੁਸੀਂ ਕਿੱਦਾਂ ਚਲੇ ਗਏ ਜੀ ਇਹ ਪੁੱਛਣ ਲੋਕ ਵੀ ਨਹੀਂ ਪੁੱਛਦੇ ਜਿਹੜੀ ਸਰਕਾਰ ਦੀ ਡਿਊਟੀ ਉਹ ਵੀ ਨਹੀਂ ਸਭਾਰਦੀ ਉਹ ਫੇ ਟੱਟਾ ਕਰ ਰਿਆ ਜੀ ਜਦੋਂ ਵੀ ਕਿਸੇ ਵਿਅਕਤੀ ਦੇ ਘਰ ਵਿੱਚ ਐਨਆਈ ਦੀ ਜਾਂ ਕਿਸੇ ਵੀ ਏਜੰਸੀ ਦੀ ਰੇਡ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮੀਡੀਆ ਦੇ ਵਿੱਚ ਖਬਰ ਨਸ਼ਰ ਹੁੰਦੀ ਹੈ ਜਿਸ ਦੇ ਨਾਲ ਆਲੇ ਦੁਆਲੇ ਵੀ ਪੈਨਿਕ ਕ੍ਰੀਏਟ ਹੁੰਦਾ ਬਹੁਤ ਸਾਰੇ ਉਸ ਵਿਅਕਤੀ ਨਾਲ ਸੰਬੰਧਿਤ ਜਾਂ ਉਸ ਦੇ ਰਿਸ਼ਤੇਦਾਰ ਵੀ ਵੇਖ ਰਹੇ ਹੁੰਦੇ ਨੇ ਉਹਦਾ ਕਿਤੇ ਨਾ ਕਿਤੇ ਨੈਗੇਟਿਵ ਇਮਪੈਕਟ ਪੈਂਦਾ ਹੈ ਕਿ ਇਹ ਚੀਜ਼ ਸਹੀ ਹੈ ਜਾਂ ਗਲਤ ਹੈ ਮੀਡੀਆ ਦੇ ਵਿੱਚ ਇਸ ਚੀਜ਼ ਦਾ ਸਾਹਮਣੇ ਆਉਣਾ ਕਿ ਫਲਾਣੇ ਬੰਦੇ ਦੇ ਘਰ ਐਨਆਈਏ ਦੀ ਰੇਡ ਹੋਈ ਹੈ ਇਹ ਪਹਿਲੀ ਗੱਲ ਤਾਂ ਭੈਣ ਜੀ ਰੇਡ ਹੋਣੀ ਹੀ ਨਹੀਂ ਚਾਹੀਦੀ ਹੂੰ ਉਹ ਥਾਣੇ ਨਾਲ ਸੰਬੰਧ ਦੇਖਣ ਪਹਿਲਾਂ ਦੱਸਣ ਵੀ ਤੇਰੇ ਰੇਡ ਕਰਨ ਕਿਉਂ ਲੱਗੇ ਕਾਰਨ ਕੀ ਆ ਹੋ ਸਕਦਾ ਕਾਰਨ ਹੀ ਨਾ ਹੋਵੇ ਫੇਰ ਇਹਦੇ ਵਿੱਚ ਇਹਦੇ ਵਿੱਚ ਮੀਡੀਆ ਦੀ ਕੀ ਲੋੜ ਆ ਜੀ ਹੂੰ ਮੀਡੀਆ ਵੀ ਹਾਈਲਾਈਟ ਕਰਦਾ ਉਸ ਬੰਦੇ ਦਾ ਜਿਹੜਾ ਇਮੇਜ ਵਾ ਲੋਕਾਂ ਦੇ ਵਿੱਚ ਆਧਾਰ ਆ ਲੋਕਾਂ ਵਿੱਚੋਂ ਲੋਕਾਂ ਦੇ ਸ਼ੱਕ ਪੈਦਾ ਹੋ ਜਾਂਦੀ ਬਿਲਕੁਲ ਘੰਟਿਆਂ ਬੱਧੀ ਹੋਣੀ ਊਂ ਨਿਊਜ਼ ਚੱਲਦੀ ਦੀ ਲੋਕ ਵੀ ਸੋਚਦੇ ਨੇ ਪਤਾ ਨਹੀਂ ਇਹਨੇ ਕੁਛ ਕੀਤਾ ਹੋਣਾ ਪੱਕਾ ਨਹੀਂ ਪਤਾ ਨਹੀਂ ਵਾਕਿਆ ਗਲਤ ਹੋਣਾ ਪਤਾ ਨਹੀਂ ਕੀ ਇਹ ਗਲਤ ਕੰਮ ਕਰ ਰਿਹਾ ਘਰ ਦੇ ਵਿੱਚ ਜਿਹੜੀ ਐਡੀ ਦੂਰੋਂ ਸੈਂਟਰ ਤੋਂ ਪੁਲਿਸ ਆਈ ਹਾ ਹਾ ਕਰ ਮਾਜਦੀ ਉਹਦੇ ਰਿਸ਼ਤੇਦਾਰਾਂ ਵਿੱਚ ਤਣਾਅ ਪੈ ਜਾ ਹੁੰਦਾ ਉਹਦੇ ਯਾਰਾਂ ਦੋਸਤਾਂ ਵਿੱਚ ਤਣਾਅ ਪੈਦਾ ਹੁੰਦਾ ਇਹ ਬਿਲਕੁਲ ਬਾਹਰ ਇਦਾਂ ਕਦੀ ਨਹੀਂ ਹੁੰਦਾ ਜੀ ਉਦੇਸ਼ ਦੇ ਵਿੱਚ ਜਿਹੜੇ ਆਉਣੇ ਇੱਕ ਦੋ ਚਪਾਈ ਆਉਣੇ ਜਿਹਨਾਂ ਤੁਹਾਨੂੰ ਆਪਣੇ ਪੇਪਰ ਦਿਖਾਉਣੇ ਵੀ ਕੋਟ ਦੇ ਸਰਚ ਬਰਾਂਟਾ ਸੀ ਤੁਹਾਡੀ ਤਲਾਸ਼ੀ ਲੈਣੀ ਜਉਣੀ ਆਉਣਗੇ ਵੀ ਉਦੋਂ ਜਦੋਂ ਉਹਨੂੰ 100% ਯਕੀਨ ਹੋ ਜਾਂਦਾ ਹੁਣ ਤੇ ਨਾਲ ਕੋਈ ਸਾਧਨ ਬਹੁਤ ਨਹੀਂ ਟੈਲੀਫੋਨ ਨੇ ਤੇ ਇਸ ਕਰਦੇ ਨੇ ਟੈਲੀਫੋਨ ਤੋਂ ਦੇਖ ਲੈਣ ਕਾਊਂਟ ਸਾਰੇ ਸੀਨ ਕਰ ਸਕਦੇ ਕਾਊਂਟ ਦੇਖ ਸਕਦੇ ਨੇ ਇਹਨਾਂ ਨੂੰ ਕੋਈ ਲੋੜ ਹੀ ਨਹੀਂ ਇਹ ਇੰਨਾ ਇਹ ਪਾਉਂਦੇ ਤਾਂ ਹੀ ਨੇ ਕਿ ਤਾਂ ਕਿ ਇਸ ਬੰਦੇ ਦੇ ਨਾਲ ਲੋਕਾਂ ਦਾ ਜਿਹੜਾ ਪ੍ਰੇਮ ਆ ਪਿਆਰ ਆ ਉਹ ਟੁੱਟ ਜਵੇ ਲੋਕ ਇਹ ਮੰਨਣੇ ਵਾਕਈ دہشت گرد ਜਾਂ ਬੰਦਾ ਨਕਮਾ ਜਾਂ ਬੰਦਾ ਜਿਹੜੀ ਦਿੱਲੀ ਤੋਂ ਚੱਲ ਚੱਲ ਕੇ ਇੱਥੇ ਪੁਲਿਸ ਆਉਂਦੀ ਹੈ ਇਹ ਕਰਨਾ ਚਾਹੁੰਦੇ ਨੇ ਕੰਗਨਾਰੋਂ ਨੌਤ ਜਿਹੜੀ ਮੰਡੀ ਤੋਂ ਹੁਣ ਮੈਂਬਰ ਪਾਰਲੀਮੈਂਟ ਬਣ ਗਈ ਹੈ ਹਾਲ ਹੀ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਕੁਝ ਅੰਸ਼ ਸਾਹਮਣੇ ਆਏ ਨੇ ਉਸ ਅੰਸ਼ ਦੇ ਵਿੱਚੋਂ ਇੱਕ ਜਗ੍ਹਾ ਉਹ ਬੋਲ ਰਹੀ ਸੀ ਐਮਰਜੈਂਸੀ ਫਿਲਮ ਤੇ ਜੋ ਵੀ ਬਾਤ ਹੋਇਆ ਉਸ ਨੂੰ ਲੈ ਕੇ ਉਹਨੇ ਕਿਹਾ ਕਿ ਜਿਹੜਾ ਬੰਦਾ AK-47 ਰੱਖਦਾ ਉਹ ਸੰਤ ਨਹੀਂ ਹੋ ਸਕਦਾ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਤੇ ਉਹਨੇ ਬਹੁਤ ਵੱਡਾ ਨਿਸ਼ਾਨਾ ਲਗਾਇਆ ਕਿ ਜਿਹੜਾ ਬੰਦਾ ਹਥਿਆਰ ਰੱਖਦਾ ਹੈ ਜਾਂ AK47 ਰੱਖਦਾ ਹੈ ਉਹ ਸੰਤ ਨਹੀਂ ਹੋ ਸਕਦਾ ਉਹਨੂੰ ਪਹਿਲਾਂ ਇਹ ਪੁੱਛਣਾ ਲੋਬੇ ਜਦੋਂ ਸੰਤ ਸੀ ਉਦੋਂ AK47 ਆਈ ਨਹੀਂ ਸੀ ਹਾਂ ਪਹਿਲੀ ਗੱਲ ਤਾਂ ਇਹ MP ਉਹਨੂੰ ਬਣਾਇਆ ਕਹਿੰਦੇ ਆ ਮੈਂ ਤਾਂ ਹੈਰਾਨ ਆ ਕਿੰਨੇ ਲੋਕ ਸਿਆਣੇ ਆ ਜਿਹੜੇ ਕੰਗਣਾ ਰਣੋਤ ਵਰਗੇ ਨੂੰ ਉੱਥੇ MP ਭੇਜ ਦਿੰਦੇ ਨੇ ਪਾ ਕੇ ਕੀ ਕੀ ਉੱਥੇ ਕਰੂਗੀ ਜੀ ਕੀ ਲੋਕਾਂ ਦਾ ਇਹ ਆਧਾਰ ਕਰੂਗੀ ਕੀ ਲੋਕ ਸੋਸ਼ਲ ਲਾਈਫ ਇਹਦੀ ਕੀ ਆ ਸਾਰਿਆਂ ਨੂੰ ਪਤਾ ਹਮ ਇਹਦੇ ਜੀਵਨੇ ਦਾ ਇਹਦਾ ਕਿਹੋ ਜਿਹਾ ਕਿੱਦਾਂ ਨੇ ਇਹ ਬੋਲ ਬੋਲ ਦੀ ਕਿੱਦਾਂ ਦੀ ਕਿਰਤਨ ਪੈਦਾ ਕਰਦੀ ਇਹਨੂੰ ਐਮਪੀ ਬਣਾਉਣਾ ਹੀ ਕਰਾਂ ਹਮ ਇਹਨੂੰ ਪੁੱਛੇ ਵੀ ਇਹ ਸੰਤ ਦੀ ਪਰਿਭਾਸ਼ਾ ਇਹ ਦੱਸੂਗੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਖਾਲਸਾ ਬਣਾਇਆ ਹਮ ਤੇ ਸੰਤ ਸਿਪਾਹੀ ਬਣਾਇਆ ਹਮ ਪਹਿਲੀ ਗੱਲ ਤਾਂ ਸਿੱਖ ਨੇ ਸ਼ਸਤਰਧਾਰੀ ਹੋਣਾ ਹਮ ਕੀ ਸੰਤ ਨੇ ਸੰਤ ਜਨੈਰਸ ਨੇ ਕੋਈ ਡਾਕਾ ਮਾਰਿਆ ਕੋਈ ਚੋਰੀ ਕੀਤੀ ਕਿਸ ਦਾ ਰੇਪ ਕੀਤਾ ਕੋਈ ਪਾਪ ਕੀਤਾ ਕੋਈ ਕੀ ਕੀਤਾ ਉਹਨੇ ਸਿੱਖ ਨੇ ਸ਼ਾਸਤਰ ਰੱਖਣਾ ਵਾ ਆਪਣੀ ਪ੍ਰੋਟੈਕਸ਼ਨ ਲਈ ਜਿਹੜੀ ਜਾਲਮ ਜੁਲਮ ਕਰਦੇ ਨੇ ਲੋਕਾਂ ਦੇ ਮਸੂਮਾਂ ਤੇ ਨਿਰਬਲ ਲੋਕਾਂ ਤੇ ਨਿਰ ਨੇ ਆਸਰੇ ਲੋਕਾਂ ਤੇ ਤਸ਼ੱਦਦ ਹੋ ਰਿਹਾ ਜ਼ੁਲਮ ਹੋ ਰਿਹਾ ਉਹਨੂੰ ਸਿੱਖ ਨੇ ਰੋਕਣਾ ਸਿੱਖ ਦਾ ਫਰਜ਼ ਵਾ ਤੇ ਸਿੱਖ ਨੂੰ ਗੁਰੂ ਨੇ ਬਖਸ਼ਿਆ ਕਿਤੇ ਕੰਗਣਾ ਰਣੋਂ ਉਹ ਤੇ ਨਹੀਂ ਬਖਸ਼ਿਆ ਯਾਰ ਇਹਦੇ ਕੋ ਅਧਿਕਾਰ ਕੀ ਆ ਬੋਲਣ ਦਾ ਇਹ ਇਹ ਬੋਲ ਬੋਲ ਕੇ ਹੀ ਇਹ ਬਣੀ ਆ ਕਿਉਂ ਹੀਰੋ ਆ ਹੀਰੋ ਇਹਨਾਂ ਨੂੰ ਕੀ ਪਤਾ ਕੀ ਹੁੰਦੀ ਐਕਟਿੰਗ ਕੀ ਹੁੰਦੀ ਇਹਨੂੰ ਕਿਹੜੀ ਫਿਲਮ ਚ ਹੁਣ ਤੱਕ ਲਿਆ ਇਹ ਪੁੱਠੀਆਂ ਵਿਚਾਰ ਰੱਖ ਕੇ ਪੁੱਠੇ ਬਿਆਨ ਦੇ ਦੇ ਕੇ ਹਾਈਲਾਈਟ ਹੋ ਕੇ ਉਦਾਂ ਦਾ ਮੀਡੀਆ ਜਿਹੜਾ ਤੁਰਿਆ ਤੁਰਿਆ ਫੇਦਾ ਮੈਂ ਤਾਂ ਹੈਰਾਨ ਆ ਕੀ ਇਹਦੀ ਲਾਈਫ ਇਹਦੇ ਕੋਲ ਕੀ ਅਧਿਕਾਰ ਆ ਵੀ ਇਹ ਬਿਆਨ ਲਾਵੇ ਵੀ ਸੰਤ ਜਨੈਰ ਸਿੰਘ ਮੈਨੂੰ ਪੁੱਛੇ ਵੀ ਪਹਿਲਾਂ ਇਹ ਹਿਸਟਰੀ ਪੁੱਛੇ ਇਹ ਕਿ 47 ਦੀ ਕਿੱਥੋਂ ਆਈ ਹੈ ਤੇ ਕੌਣ ਰੱਖ ਸਕਦਾ ਤੇ ਸੰਤਾ ਨੇ ਕਦੋਂ ਇਹ ਕਿ 47 ਦੀ ਸਸਤਾ ਧਾਰੀ ਹੋਣਾ ਸੰਤਾ ਕੋ ਸਦਸੀ ਹਸਿਆਸੀ ਪਿਸਟਲ ਰੱਖਦੇ ਸੀ ਤੇ ਇਹ ਰੱਖਦੇ ਤਲਵਾਰ ਰੱਖਦੇ ਜੇ ਸਿੱਖ ਨੂੰ ਜੇ ਕੇ 47 ਦਾ ਲਿਸੈਂਸ ਗਵਰਨਮੈਂਟ ਦੇਊ ਅਪਰ ਤਾਂ ਮਿਲਦਾ ਨਹੀਂ ਆਟੋਮੈਟਿਕ ਆਂਦਾ ਨਹੀਂ ਸੈਮੀ ਆਟੋਮੈਟਿਕ ਦਾ ਮਿਲਦਾ ਤੇ ਉਹ ਲੇਗਾ ਉਹ ਇਸ ਵਾਸਤੇ ਤਾਂ ਜਾਣ ਦੱਸੇ ਵੀ ਸਿੱਖਾਂ ਨੇ ਕਿੰਨੇ ਕਿੰਨੇ ਕਡਾਕੇ ਮਾਰੇ ਕਿੰਨੇ ਕਿੰਨੇ ਲੋਕਾਂ ਦਾ ਨੁਕਸਾਨ ਕੀਤਾ ਸਿੱਖ ਨੇ ਹਥਿਆਰ ਰੱਖਣਾ ਵਾ ਹਥਿਆਰ ਸਿੱਖ ਦੀ ਸਿੱਖ ਨੂੰ ਗੁਰੂ ਨੇ ਬਖਸ਼ੀ ਕੀਤਾ ਇਹਦੇ ਕੋਈ ਲਿਸੈਂਸ ਲੈਣ ਦੀ ਜ਼ਰੂਰਤ ਹੀ ਨਹੀਂ ਜਾ ਇਹਦੇ ਵਿਚਾਰਾਂ ਦਾ ਕੋਈ ਸਹਿਮਤ ਹੋਣਾ ਜ਼ਰੂਰੀ ਨਹੀਂ ਗਾ ਵੀ ਜਾਂ ਇਹਦੇ ਵਿਚਾਰ ਸੁਣਨੇ ਸਾਡੇ ਲਈ ਕੋਈ ਜ਼ਰੂਰੀ ਨਹੀਂ ਗੇ ਇਹ ਵੀ ਕਹਿੰਦੀ ਹੈ ਉਹ ਕਿ ਮੈਨੂੰ ਤਾਂ ਧਮਕੀਆਂ ਆ ਰਹੀਆਂ ਮੈਨੂੰ ਮਾਰ ਵੀ ਸਕਦੇ ਨੇ ਸਿੱਖ ਉਹਨੂੰ ਕਿਉਂ ਮਾਰ ਸਕਦੇ ਬਾਕੀ ਇੰਨੀਆਂ ਹੀਰੋਇਨ ਬਾਕੀ ਫਿਲਮਾਂ ਬਣਾਉਂਦੀਆਂ ਉਹਨਾਂ ਨੂੰ ਕੋਈ ਮਾਰਿਆ ਕਿਸੇ ਨੇ ਕਦੀ ਧਮਕੀ ਦਿੱਤੀ ਫੇਰ ਫੇਰ ਜੇ ਕਹਿੰਦੇ ਇਹਨੂੰ ਮਾਰਨਾ ਉਹ ਧਮਕੀ ਦੇਊਗਾ ਇਹਨੂੰ ਇਹਨੂੰ ਹਾਈਲਾਈਟ ਕਰੂਗਾ ਕਿਉਂ ਇਹਨੂੰ ਮਾਰਨਾ ਕਾਹਦੇ ਲਈ ਹੈ ਇਹ ਤਾਂ ਵੈਸੇ ਮਰੀ ਹੈ ਜਿਹੜੀ ਜਿਹੜੀ ਲੋਕਾਂ ਦੇ ਤੋਂ ਇਹ ਜਿਹੜੀ ਪਬਲਿਕ ਜਾ ਨਹੀਂ ਸਕੇ ਕਿ ਐਮਪੀ ਹੁੰਦਿਆਂ ਜਾ ਜਾ ਕੇ ਦਿਖਾਵੇ ਲੋਕਾਂ ਦੇ ਵਿੱਚ ਇਹ ਐਮਪੀ ਹੁੰਦੀ ਆ ਲੋਕਾਂ ਨੇ ਚੁਣਿਆ ਲੋਕਾਂ ਨੇ ਸਿਲੈਕਟ ਕੀਤਾ ਲੋਕਾਂ ਜਾਵੇ ਇਹਨੂੰ ਕੌਣ ਮਾਰੂਗਾ ਇਹ ਜਾਣ ਬੁੱਝ ਕੇ ਕਰ ਰਹੀ ਆ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਵੀ ਮੈਨੂੰ ਵਧੀਆ ਸਕਿਉਰਟੀ ਮੇਰੇ ਮੇਰੀ ਬੱਲੇ ਬੱਲੇ ਹੋਵੇ ਇੱਥੇ ਇੱਕ ਟ੍ਰੈਂਡ ਚੱਲਿਆ ਹੋਇਆ ਮੈਂ ਹੈਰਾਨ ਆ ਉਹੋ ਹੀ ਐਮਐਲਏ ਹੁੰਦਾ ਹੂੰ ਸਾਈਕਲਾਂ ਤੇ ਮੈਂ ਜਾਂਦੇ ਦੇਖੇ ਜੀ ਐਮਐਲਏ ਪੈਦਲ ਜਾਂਦੇ ਦੇਖੇ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਜਾਂਦੇ ਦੇਖੇ ਖੇਤੀ ਕਰਦੇ ਦੇਖੇ ਜਦੋਂ ਐਮਐਲਏ ਬਣ ਜਾਂਦਾ ਉਹਦੇ ਮਾਰੇ ਪੈਲੇਟ ਗੱਡੀ ਲੱਗਦੀ ਉਹਨੂੰ ਪਰੇ ਚੋਰ ਪੈਣ ਗਏ ਇਹਨੂੰ ਪੁੱਛੇ ਵੀ ਜੇ ਐਮਪੀ ਆ ਤੂੰ ਲੋਕਾਂ ਦੀ ਚੁਣੀ ਹੋਈ ਆ ਲੋਕਾਂ ਦੀ ਸੇਵਾ ਕਰਨੀ ਤੈਨੂੰ ਡਰ ਕਾਦਾ ਇਹ ਸਿਰਫ ਇੱਕ ਸਟੰਟ ਆ ਜੀ ਵਧੀਆ ਜਿਆਦਾ ਤੋਂ ਜਿਆਦਾ ਸਕਿਉਰਟੀ ਲੈਣਾ ਚਾਹੁੰਦੀ ਹੈ ਲੋਕਾਂ 'ਚ ਆਪਣੇ ਆਪ ਨੂੰ ਉੱਚਾ ਦੇਖਣਾ ਚਾਹੁੰਦੀ ਹੈ ਇਹਨੂੰ ਪਤਾ ਵੀ ਫਿਰ ਮੇਰੀ ਚੱਲਣੀ ਨਹੀਂ ਫਿਲਮ ਦੇ ਪੈਸੇ ਫੇ ਵੀ ਇਹਨੂੰ ਮਿਲ ਜਾਣੇ ਆ ਇਹਦੇ ਸਰਕਾਰ ਤੁਹਾਨੂੰ ਪਤਾ ਕੀ ਚੱਲਦਾ ਇਸ ਚੇਤ ਇਹ ਹੋਰ ਕੰਮ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੇ ਵਿੱਚ ਨਾ ਤੇ ਦੀ ਫਿਲਮ ਚੱਲਣੀ ਆ ਨਾ ਇਹਦਾ ਆਧਾਰ ਨਾ ਹੀ ਪੰਜਾਬ ਚ ਆ ਸਕਦੀ ਆ ਮੈਂ ਤੁਹਾਡੇ ਬਾਅਦ ਇਹ ਲੋਕਾਂ ਨੂੰ ਹਿਮਾਚਲ ਦੇ ਕੋਈ ਸੁਣਦਾ ਹੋਵੇ ਤੇ ਇਹਨੂੰ ਮੂੰਹ ਨਾ ਲਾਉਣੇ ਇਹ ਕਦਰਤਾਂ ਪੈਦਾ ਕਰਦੀ ਸਮਾਜ ਦੇ ਵਿੱਚ ਇਹ ਦੁਸ਼ਮਣੀਆਂ ਪੈਦਾ ਕਰਦੀ ਹੈ ਇਹ ਕੌਮਾਂ ਦੀ ਲੜਾਈ ਕਰਨਾ ਚਾਹਦੀ ਹੈ ਇਹਨੂੰ ਇਹਨੂੰ ਹੁਣ ਤਾਂ ਜਿਹੜਾ ਉਹਨਾਂ ਨੇ ਗਲਤੀ ਕਰ ਲਈ ਅੱਗੇ ਤੋਂ ਕਦੀ ਇਦਾਂ ਦੀ ਗਲਤੀ ਕਰਦੇ ਇਹੋ ਜਿਹਾ ਬੰਦਾ ਕਦੇ ਵੀ ਇਲੈਕਟ ਹੋ ਕੇ ਇਹ ਬਹੁਤ ਸੰਸਦ ਵਧੀਆ ਚੀਜ਼ ਹੁੰਦੀ ਜਿੱਥੇ ਕਾਨੂੰਨ ਕਾੜੇ ਬਣਦੇ ਆਉਣ ਵਾਲਾ ਫਿਊਚਰ ਬਣਦਾ ਕੌਮਾਂ ਦਾ ਇਹਨੂੰ ਬਿਲਕੁਲ ਨਹੀਂ ਉਸ ਜਗ੍ਹਾ ਤੇ ਬਿਠਾਉਣਾ ਚਾਹੀਦਾ ਇਹਨੂੰ ਨਹੀਂ ਕਿਸੇ ਐਮਪੀ ਨੂੰ ਕਿਸੇ ਕ੍ਰਿਮੀਨਲ ਬੰਦੇ ਨੂੰ ਇੱਕ ਨਹੀਂ ਇਹਦਾ ਸੁਭਾਅ ਆ ਇਹਨੂੰ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜ਼ਿੰਨੀ ਚੋਣਾ ਹੋਣੀਆਂ ਨੇ ਤੇ ਸਭ ਤੋਂ ਜ਼ਿਆਦਾ ਜਿਹੜਾ ਇਸ ਵੇਲੇ ਹਲਕਾ ਚਰਚਾ ਦੇ ਵਿੱਚ ਹੈ ਉਹ ਹੈ ਗਿੱਦੜਬਾਹਾ ਕਿਉਂਕਿ ਪੰਥਕ ਆਗੂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਤੋਂ ਬਾਅਦ ਹੁਣ ਪੰਥਕ ਆਗੂ ਵੀ ਪੰਜਾਬ ਦੇ ਵਿੱਚ ਆਪਣੀ ਪੈਠ ਜਮਾਉਣਾ ਚਾਹੁੰਦੇ ਨੇ ਤਿਆਰੀਆਂ ਵੀ ਕਰ ਰਹੇ ਨੇ ਗਿੱਦੜਬਾਹਾ ਉਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਜਾਂ ਹੋਰ ਹਲਕੇ ਜਿਹੜੇ ਖਾਲੀ ਹੋਏ ਨੇ ਜਿੱਥੇ ਜਿੰਨੀ ਚੋਣਾਂ ਹੋਣੀਆਂ ਨੇ ਚਾਰ ਹਲਕੇ ਹਲੇ ਬਾਕੀ ਨੇ ਉੱਥੇ ਪੰਥਕ ਆਗੂਆਂ ਨੂੰ ਅੱਗੇ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਹੈ ਜੀ ਦੂਣ ਦੇ ਸਿਆਣੇ ਮਨੁੱਖਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਔਰ ਉਸ ਇਲਾਕੇ ਦੇ ਲੋਕ ਸਰਬਸੰਮਤੀ ਦੇ ਨਾਲ ਮੰਨ ਲਓ ਵੀ ਗਿੱਦੜਵਾਹੇ ਦਾ ਮੈਨੂੰ ਪਤਾ ਨਹੀਂ 60 70 ਪਿੰਡ ਹੋਣਗੇ ਉਹ ਪਿੰਡਾਂ 'ਚੋਂ ਪੰਜ-ਪੰਜ ਬੰਦੇ ਲੈਣ ਜਿਹੜਾ ਸਹੀ ਤਰੀਕਾ ਵਾ ਉਹ ਪੰਜ-ਪੰਜ ਬੰਦੇ ਲੈ ਦੇਖ ਇਲਾਕੇ ਦਾ ਕਿਹੜਾ ਯੋਗ ਵਿਅਕਤੀ ਆ ਪਾਰਟੀਬਾਜ਼ੀ ਤੋਂ ਉੱਤੇ ਉਹ ਇਹਦਾ ਦੇਖਣ ਕਿਹਦੀ ਪਾਰਟੀ ਨਾਲ ਸੰਬੰਧ ਦਾ ਉਹ ਦੇਖਣੇ ਬੰਦਾ ਇਹਦੀ ਜੋ ਐਜੂਕੇਸ਼ਨ ਕਿੰਨੀ ਆ ਇਹਦੀ ਸ਼ੋਸ਼ਣ ਇਹਦੀ ਲਾਈਫ ਕਿਦਾਂ ਦੀ ਆ ਕਿਦਾਂ ਦਾ ਵਰਕਰ ਕਿਦਾਂ ਦਾ ਜੀਵਨ ਆ ਉਸ ਬੰਦੇ ਨੂੰ ਚੁਣਨ ਜੇ ਪੰਜਾਬ ਦੀ ਬਿਹਤਰੀ ਚਾਹੁੰਦੇ ਨੇ ਜੇ ਇਸ ਚੋਣ ਦੇ ਵਿੱਚ ਪੈਸਾ ਖਰਚ ਹੋਊਗਾ ਜੇ ਇਸ ਚੋਣ ਚ ਟਿਕਟ ਵਿਕੂਗੀ ਜੇ ਇਸ ਚੋਣ ਚ ਨਸ਼ੇ ਵਟਾਈ ਜਾਣਗੇ ਉੱਥੇ ਕਦੀ ਤਕਦੀਰ ਨਹੀਂ ਕਿਸੇ ਕੌਮ ਦੀ ਬਦਲ ਸਕਦੀ ਇਸ ਕਰਕੇ ਤੁਹਾਡੇ ਮਾਧਿਅਮ ਥਰੂ ਬੇਨਤੀ ਆ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਕਿ ਤੁਸੀਂ ਆਪੋ ਆਪਣੇ ਇਲਾਕੇ ਦੇ ਲੋਕਾਂ ਨੂੰ ਪ੍ਰੇਰੋ ਕਿ ਆਪਣਾ ਬੰਦਾ ਖੁਦ ਚੁਣੋ ਉਹ ਫੇ ਉਹਨਾਂ ਦਾ ਹੋਵੇਗਾ ਹੁਣ ਇਹ ਜਿਹੜੇ ਕਬੂਤਰ ਨੇ ਜਿਹੜੇ ਐਮਪੀ ਜਾਂ ਐਮਐਲਏ ਨੇ ਜਿਹਦੀ ਛਤਰੀ ਤੋਂ ਉੱਡਦੇ ਨੇ ਉਹਦੀ ਤੇ ਬੈਠਣਗੇ ਲੋਕਾਂ ਦੇ ਨਮਾਇਦੇ ਨਹੀਂ ਲੋਕਾਂ ਦਾ ਨਮਾਇਦਾ ਉਹ ਹੋਊਗਾ ਜਿਹੜਾ ਲੋਕ ਸਿਲੈਕਟ ਕਰਨਗੇ ਪਹਿਲਾਂ ਕਮੇਟੀ ਬਣਾਉਣਗੇ ਵੀ ਕੋਈ ਪੈਸਾ ਨਹੀਂ ਖਰਚਣਾ ਕਿਸੇ ਦੀ ਟਿਕਟ ਤੇ ਨਹੀਂ ਖਾਤਾ ਅਸੀਂ ਆਪਣਾ ਬੰਦਾ ਖੜਾ ਕਰਨਾ ਉਹ ਫੇ ਆਪਣੀ ਆਵਾਜ਼ ਠਾਏਗਾ ਨਹੀਂ ਹੁਣ ਜਿਹੜੀ ਪਾਰਟੀ ਦਾ ਜਿਹੜੀ ਪਾਰਟੀ ਨੇ ਐਲਾਨ ਕਰਤਾ ਇਹਨੂੰ ਵੋਟਾਂ ਪਾ ਦੇ ਲੋਕ ਵੋਟਾਂ ਪਾ ਦੇ ਲੜਾਈ ਝਗੜੇ ਕਰੀ ਜਾਂਦੇ ਨੇ ਉਹ ਇਕੱਠੇ ਫੇ ਹੋ ਜਾਂਦੇ ਨੇ ਉਹਨਾਂ ਦੀਆਂ ਸਾਰੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਵੀ ਨੇ ਲੋਕ ਲੜ ਲੜ ਕਮੜੇ ਹੋ ਜਾਂਦੇ ਨੇ ਇਸ ਕਰਕੇ ਆਪਣਾ ਦੂਰ ਅਦੇਸ਼ ਇਮਾਨਦਾਰ ਕੋਈ ਰਿਟਾਇਰਡ ਅਫੀਸਰ ਹੋਵੇ ਕੋਈ ਆਰਮੀ ਅਫੀਸਰ ਹੋਵੇ ਕੋਈ ਜੱਜ ਹੋਵੇ ਕੋਈ ਪ੍ਰੋਫੈਸਰ ਹੋਵੇ ਸਿਆਣਾ ਵਿਅਕਤੀ ਜਿਹਦਾ ਚੰਗਾ ਜਿਹੜਾ ਜੀਵਨ ਹੋਵੇ ਕਰਪਟ ਜੀਵਨ ਨਾ ਹੋਵੇ ਜਿਹੜਾ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲਾ ਹੋਵੇ ਇਹੋ ਜਿਹੇ ਬੰਦੇ ਨੂੰ ਉਹ ਪਹਿਲਾਂ ਆਪ ਉਹਨੂੰ ਕਹਿੰਦੇ ਆਪਾਂ ਨੋਮੀਨੇਸ਼ਨ ਨਾਮ ਦੀ ਉਹ ਕਾਰਨ ਪਿੰਡੋਕਾਂ ਨੂੰ ਉਹ ਫਿਰ ਸਿਲੈਕਟ ਕਰ ਲੈਣ ਤਾਂ ਜਿਹੜਾ ਵੀ ਬੰਦਾ ਉਹ ਲੋਕ ਚੋਣ ਉਹ ਜਿੱਤੇਗਾ ਵੀ ਉਹ ਲੋਕਾਂ ਦੀ ਆਵਾਜ਼ ਬਿਠਾਏਗਾ ਕਿਉਂਕਿ ਉਹਨੂੰ ਪਤਾ ਵੀ ਮੈਂ ਪੈਸਾ ਬਣਾਉਣਾ ਮੈਨੂੰ ਲੋੜ ਨਹੀਂ ਜੇ ਅਸੀਂ 2 ਨੰਬਰ ਦੇ ਪੈਸੇ ਕਮਾਉਣ ਵਾਲੇ ਬੰਦੇ ਨੂੰ ਐਮਐਲਏ ਬਣਾ ਵੀ ਦਿੱਤਾ ਉਹਨੇ ਤਾਂ ਪੈਸੇ ਕਮਾਉਣੇ ਹੀ ਉਹ ਉਹ ਪਾਗਲਵਾ ਜਿਹੜਾ 2-4 ਕਰੋੜ ਲਾ ਕੇ ਤਾਂ ਘਰੇ ਬੈ ਜੂ ਉਹ ਫੇਰ ਦੇਖੂਗਾ ਕਿੱਥੇ ਦਿੱਤਾ ਕਿਥੋਂ ਵਿਕਰੀ ਆ ਕਿਥੋਂ ਮੈਨੂੰ ਪੈਸੇ ਮਿਲਣਿਆ ਉਹ ਬੀਹਨਾ ਲਵੇਗਾ ਥਾਣਿਆਂ ਚੋਂ ਲਵੇਗਾ ਤਸੀਲਾਂਤ ਲਵੇਗਾ ਅੱਜ ਕੋਈ ਤਸੀਲਦਾਰ ਪੰਜਾਬ 'ਚ ਕਹਦੇ ਕੋਈ ਬੰਦਾ ਆਣ ਕੇ ਮੈਨੂੰ ਚਾਰਜ ਕਰ ਦੇਵੇ ਮੈਂ ਉਸ ਤਸੀਲ ਜਾ ਕੇ ਦਿਖਾ ਦੂ 3000 ਰੁਪਏ ਤੋਂ ਘੱਟ ਨਹੀਂ ਦੇਟ ਕੋਈ ਵੀ ਕੰਮ ਕਰੋ ਨਾ ਤਸਵੀਰ ਦਾ 3000 ਰੇਟ ਆ ਪੱਕਾ ਹੀ ਕਰ ਦਿੱਤਾ ਉਹਨਾਂ ਨੇ ਕਿਤੇ 5 ਵੀ ਹੋ ਸਕਦਾ ਮੈਂ ਆਮ ਤੌਰ ਤੇ ਸੁਣਿਆ ਵੀ 3000 ਪੱਕਾ ਹੀ ਆਰਦੀ ਨਹੀਂ ਵਿਛਲਾਈ ਜਾਂਦਾ ਕੋਈ ਪੁੱਛਦਾ ਨਹੀਂ ਮਾੜੀ-ਮੋਟੀ ਸ਼ਰਮ ਚਾਹੀਦੀ ਲੋਕਾਂ ਦਾ ਖੂਨ ਪਿੰਡ ਹੈ ਆ ਤੁਸੀਂ ਤੁਹਾਨੂੰ ਰੱਬ ਤੋਂ ਡਰ ਨਹੀਂ ਲੱਗਦਾ ਇਹਨਾਂ ਨੂੰ ਮਾੜਾ-ਮੁੱਟਾ ਡਰ ਨਹੀਂ ਲੱਗਦਾ ਪਰ ਉਹ ਕੱਲ੍ਹ ਵੀ ਕੀ ਸੂਰ ਲੋਕਾਂ ਦਾ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਪੈਸਾ ਖਰਚਿਆ ਪਿੰਡਾਂ 'ਚ ਪੈਸਾ ਵੱਢੀ ਦਿੱਤੀ ਸ਼ਰਾਬ ਨਸ਼ੇ ਪੜਾਏ ਉਹਨਾਂ ਨੇ ਪੈਸੇ ਬਰੋਣੇ ਇਸ ਕਰਕੇ ਲੋਕਾਂ ਨੂੰ ਅਪੀਲ ਆ ਪੁਰ ਜੋਰ ਪੀਲਾ ਜਿੰਨੀ ਕਿ ਦਾਸ ਨੂੰ ਸੋਚੀ ਆ ਆਪਣਾ ਲੋਕਲ ਬੰਦਾ ਸਿਲੈਕਟ ਕਰੋ ਉਸ ਬੰਦੇ ਨੂੰ ਇਲੈਕਸ਼ਨ ਲਾਓ ਇਸੇ ਤਰ੍ਹਾਂ ਜਿਹੜੀਆਂ ਐਸਡੀਪੀਸੀ ਚੋਣਾਂ ਆ ਰਹੀਆਂ ਉਹਦੇ ਚ ਵੀ ਗੁਰਸਿੱਖ ਬੰਦਾ ਉਹਦਾ ਜੀਵਨ ਦੇਖੋ ਉਹ ਪਾਰਟੀ ਨਾ ਦੇਖੋ ਵੀ ਕਿਹੜੀ ਪਾਰਟੀ ਦਾ ਕਿਹੜੀਆਂ ਸੰਬੰਧਤਾ ਉਹ ਬੰਦਾ ਲਿਆਓ ਮੋਰੇ ਤਾਂ ਕਿ ਸਾਡਾ ਕੋਈ ਪੰਜਾਬ ਦਾ ਬਚਾਅ ਹੋ ਸਕੇ ਸੁਧਾਰ ਹੋ ਸਕੇ ਉਹ ਤਾਂ ਹੀ ਹੋਵੇਗਾ ਜਦੋਂ ਲੋਕ ਆਪਣਾ ਨਮਾਇਦਾ ਖੁਦ ਚੁਣਨੇ ਤੁਸੀਂ ਲੰਬਾ ਤਜਰਬਾ ਰੱਖਦੇ ਹੋ ਵਿਦੇਸ਼ ਦੇ ਵਿੱਚ ਵੀ ਕਾਫੀ ਸਮਾਂ ਰਹੇ ਹੋ ਬਲਕਿ ਉੱਥੇ ਦੇ ਨਾਗਰਿਕ ਵੀ ਹੋ ਵਿਦੇਸ਼ਾਂ ਦੇ ਵਿੱਚ ਵਸਣ ਵਾਲੇ ਸਿੱਖ ਪੰਜਾਬ ਦੇ ਬਾਰੇ ਕੀ ਸੋਚਦੇ ਨੇ ਸੋਚਦੇ ਤਾਂ ਬਹੁਤਾਂ ਕੁਝ ਕਰਨਾ ਨਹੀਂ ਚਾਹਦੇ ਜੀ ਹੂੰ ਮੈਨੂੰ ਪੁੱਛਦੇ ਨੇ ਵੀ ਅਸੀਂ ਕੀ ਕਰੀਏ ਮੈਂ ਕਹਾ ਵੀ ਤੁਸੀਂ ਆਪਣਾ ਪਿੰਡ ਸਪான்ਸਰ ਕਰ ਸਕਦੇ ਕੀ ਜੀ ਹੂੰ ਤੁਸੀਂ ਵੱਡੇ ਵੱਡੇ ਨਗਰ ਕੀਰਤਨ ਕਰਦੇ ਹੋ ਵੱਡੇ ਵੱਡੇ ਪ੍ਰੋਗਰਾਮ ਕਰਦੇ ਆ ਉਹੋ ਹੀ ਬੰਦੇ ਨੇ ਉਹੋ ਹੀ ਪਿੰਡ ਹੈ ਉਹੋ ਹੀ ਗੁਰੂ ਆ ਜਦੋਂ ਕਿਸੇ ਨੇ ਘਰੇ ਗੁਰੂ ਗ੍ਰੰਥ ਸਾਹਿਬ ਲੈ ਜਾਣਾ ਕਿਸੇ ਨੇ ਪਿੰਡ ਚੋਂ ਪੰਜ ਬੰਦੇ ਨਹੀਂ ਮਿਲਦੇ ਉਹਨੂੰ ਠੀਕ ਹੈ ਜੀ ਉਹ ਤਲਲੇ ਮਾਰਦਾ ਖੰਡਪਾਲੀ ਜਾਂ ਸਹਿਜਪਾਲ ਜਦੋਂ ਪਿੰਡ ਚ ਨਗਰ ਕੀਰਤਨ ਹੁੰਦਾ ਸਾਰਾ ਪਿੰਡ ਬਾਹਰ ਨਿਕਲਦਾ ਬੋਕਰਾਂ ਵੀ ਝਾੜੂ ਵੀ ਨਵੇਂ ਲਿਆਉਂਦੇ ਆ ਬੀਬੀਆਂ ਵੀ ਝਾੜੂ ਰੂੜੀਆਂ ਦੀ ਮਾਰੀ ਜਾਂਦੀਆਂ ਹੱਦੀ ਹੋਈ ਹੂੰ ਗੁਰੂ ਵੀ ਉਹੋ ਹੀ ਆ ਗੁਰੂ ਨੂੰ ਉਹ ਲੈ ਕੇ ਪਿੰਡ ਚ ਘਮਾਉਣ ਲੱਗੇ ਕਾਦੀ ਲ ਘਮਾਉਣ ਲੱਗੇ ਫੇ ਪੈਸਾ ਖਰਚ ਤੇ ਪੰਜ ਪੰਜ 6 6 ਲੱਖ ਡਾਲਰ ਖਰਚ ਹੋ ਰਿਹਾ ਬਾਹਰ ਹੂੰ ਮੈਂ ਕਹਾਂ ਵੀ ਤੁਸੀਂ ਪਿੰਡ ਸਪான்ਸਰ ਕਰੋ ਕੀ ਕਰਨਾ ਪਿੰਡ ਅੱਜ ਬਹੁਤ ਹੀ ਲੋੜਵੰਦ ਬੱਚੇ ਨੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹਦੇ ਨੇ ਟਿਊਸ਼ਨ ਨਹੀਂ ਰੱਖ ਸਕਦੇ। ਹੂੰ ਤਿੰਨ 300 ਮਹੀਂ ਹੀ ਦਿੰਦੇ ਨੇ 4 400। ਹੂੰ ਉਹਨਾਂ ਬੱਚਿਆਂ ਨੂੰ ਇੱਕ ਕੁੜੀ ਜਾਂ ਮੁੰਡਾ ਜਿਹੜਾ ਤੁਹਾਡੇ ਪਿੰਡ ਐਜੂਕੇਟਿਡ ਹੈਗਾ। ਇੱਕ ਤਾਂ ਉਹਨੂੰ ਨੌਕਰੀ ਮਿਲੂਗੀ। ਪਰ ਉਹਨੂੰ 5-7000 ਰੁਪਈਆ ਨਾਲ ਦੇਉ ਲੋਕ। ਉਹਨੂੰ 15-20000 ਸ਼ੁਰੂ ਕਰੋ ਦੇ ਨੌਕਰੀ। ਉਹਨੂੰ ਕੋ ਚੱਕ ਬੇਟਾ ਜਾਂ ਬੇਟੀ ਪੈਸੇ। ਇਹਨਾਂ ਦੀ ਤੂੰ ਟਿਊਸ਼ਨ ਫ੍ਰੀ ਕਰਨੀ। ਤੂੰ ਪੈਸਾ ਨਹੀਂ ਲੈਣਾ। ਪਲੱਸ ਇਹਨਾਂ ਨੂੰ ਸ਼ਾਮ ਨੂੰ ਕੋਈ ਨਾ ਕੋਈ ਇੱਕ ਹਫ਼ਤੇ ਦੋ ਦਿਨ ਦੇ ਲੋਕ ਇਹਨੂੰ ਖਾਣ ਨੂੰ ਦੇਣਾ। ਉਦੋਂ ਬਾਅਦ ਤੂੰ ਜਿੰਨੇ ਪੰਜਾਬ ਦੇ ਘਰ ਤੋਂ ਘਰ ਗੁਰਦਾਰੇ ਸਾਹਿਬ ਆ ਮਹੀਨੇ ਚ ਇੱਕ ਜਾਂ ਦੋ ਮਹੀਨਿਆਂ ਚ ਇੱਕ ਜਾਂ ਤਿੰਨਾਂ ਮਹੀਨੇ ਚ ਇੱਕ ਦਰਸ਼ਨ ਕਰਾਉਣੇ ਇਹਨੂੰ ਡੇਢ ਘੰਟਾ ਦੇ ਟਿਊਸ਼ਨ ਆ ਤੂੰ ਸਵਾ ਘੰਟੇ ਪੜਾਉਣਾ ਤਨ ਦੇਈਦਾ ਸਾਨੂੰ ਰਿਪੋਰਟ ਦੇਣੀ ਆ ਪਿੰਡ ਵਾਲੇ ਬਾਹਰ ਬੈਠੇ ਪੰਜ ਬੰਦੇ ਵੀ ਸੋਚਦੇ ਹਨ ਕਈਆਂ ਪਿੰਡਾਂ 'ਚ 200-200 ਬੰਦਾ ਬਾਹਰ ਬੈਠਾ ਪੰਜ ਬੰਦੇ ਸੋਚ ਰਹੇ ਨੇ ਕਿੰਨੇ ਬਣਨੇ ਜੀ 4-4000 ਰੁਪਇਆ ਤਰਫਾ ਉਹਨਾਂ ਦਾ ਬਣਨਾ ਮਹੀਨੇ ਦਾ 20000 ਦੇ ਤਰਫਾ ਆ ਦੇ ਲਈ ਉਸ ਬੇਟੀ ਜਾਂ ਲੜਕੀ ਜਾਂ ਲੜਕੇ ਨੂੰ ਕਹਿਣ ਉਹ ਆ ਚੱਕ ਨੌਕਰੀ ਇੰਨੇ ਦਾ 7 7 8 ਯਾਰ ਨੂੰ ਕੁੜੀਆਂ ਕੰਮ ਕਰਦੇ ਆ ਤੇ ਪੜਾਉਣਾ ਸ਼ਾਮ ਨੂੰ 1.5 ਘੰਟਾ ਫੇ ਇਹਨਾਂ ਤੋਂ ਇੱਕ ਇੱਕ ਦਰਖਤ ਲਾਉਣਾ ਪਿੰਡ 'ਚ ਹੂੰ ਉਹਨੂੰ ਕਹਣਾ ਤੇਰਾ ਦਰਖਤ ਹੈ ਬੇਟਾ ਤੂੰ ਪਾ ਲੈਣਾ ਪਾਣੀ ਪਾਉਣਾ ਠੀਕ ਹੈ ਪਲੱਸ ਇਹਨਾਂ ਨੂੰ 15 ਮਿੰਟ ਜਿਹੜੇ ਚੰਗੇ ਕੈਰੇਕਟਰ ਵਾਲਾ ਵੀ ਤੂੰ ਦਸਤਾਰ ਬੰਨਦਾ ਦਸਤਾਰ ਤੇ ਤੇਰੀ ਗੱਫਤਾਰ ਤੇ ਰਫ਼ਤਾਰ ਤੇ ਕਿਰਦਾਰ ਕੀ ਹੋਣਾ ਚਾਹੀਦਾ ਲੜਕੀ ਨੂੰ ਕਹਣਾ ਤੂੰ ਚੁੰਨੀ ਸਿਰ 'ਤੇ ਟਾ ਕੇ ਰੱਖਣਾ ਤੂੰ ਬੇਟਾ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਕਿਸੇ ਵੀ ਨੂੰ ਗੁਰੂ ਨ ਮੰਨਦੀ ਇਹ ਨਹੀਂ ਮੈਂ ਕਹਿੰਦਾ ਬੇਨ ਤੂੰ ਉਹਦਾ ਹੀ ਰਿਸਪੈਕਟ ਕਰਨਾ ਹੈ ਤੋ ਝੂਠ ਨਹੀਂ ਬੋਲਣਾ ਤੂੰ ਹੀਰਾ ਫੇਰ ਇਨਕਾਰ ਨਹੀਂ ਮਾਂ ਕੋ ਕੋਈ ਵੀ ਲਕੋਣੀ ਦੀ ਗੱਲ ਪਿਤਾ ਕੋ ਕੋਈ ਲਕੋਣੀ ਨਹੀਂ ਗੱਲ ਉਹਨੂੰ ਗੁੱਡ ਬੈਨਰ ਦੱਸਣਾ ਉਹ ਦੇਖ ਲੋ ਤੁਸੀਂ 5 ਸਾਲ ਕੰਮ ਕਰਦਾ ਉਹਨਾਂ ਚੋਂ ਫੇਰ ਸਿਲੈਕਟ ਕਰਨ ਜਿਹੜਾ ਬੱਚਾ ਹਾਇਰ ਐਜੂਕੇਸ਼ਨ ਲੈਣਾ ਉਹ ਫੇ ਉਹਦੀ ਸਪான்ਸਰ ਵੱਖਰੀ ਕਰਨ ਤੇਰਾ ਅਸੀਂ ਖਰਚ ਸਾਰਾ ਦੇਾਂਗੇ ਪੜ ਮਲ ਨੂੰ ਵੀ 20 ਬੱਚੇ ਪਿੰਡ ਦੇ ਨੇ 20ਾਂ ਚੋਂ ਇੱਕ ਅੱਧਾ ਬੱਚਾ ਜ਼ਰੂਰ ਹੋਗਾ ਜਿਹੜਾ ਗੇਮ ਖੇਡ ਸਕਦਾ ਵਧੀਆ ਇੱਕ ਅੱਧਾ ਬੱਚਾ ਹੋਊਗਾ ਜਿਹੜਾ ਐਜੂਕੇਸ਼ਨ ਲੈ ਸਕਦਾ ਉਹ ਜਾਤ ਪਾਤ ਕੁਝ ਦੇਖਣਾ ਕਿਹੜੇ ਧਰਮ ਨਾਲ ਸੰਬੰਧ ਕੋਸ਼ ਰਾਂ ਦੇਖੜ ਉਹ ਉਹਨੂੰ ਕਹਿਣ ਚੱਲ ਪੜ੍ਹ ਕੇ ਚੱਲ ਸਪੋਰਟਸ ਦਾ ਮੰਨ ਲਓ ਵੀ ਵੀ ਇੱਕ ਪਿੰਡ ਆ ਉੱਚ ਵੀ ਬੱਚੇ ਆ 100 ਪਿੰਡ ਚ ਦੇਖ ਲਓ ਵੀ 2000 ਬੱਚਾ ਬਣ ਗਿਆ 2000 ਚ ਇੱਕ ਅੱਧਾ ਬੱਚਾ ਜ਼ਰੂਰ ਹੋਊਗਾ ਜਿਹੜਾ ਸਟੇਟ অলਪਿਕ ਜਾ ਸਕਦਾ ਜੇ ਜੋਰ ਲਾਉਣ ਤਾਂ ਇਦਾਂ ਉਹਨਾਂ ਦੇ ਕੰਪੀਟੀਸ਼ਨ ਕਰਾਉਂਦਾ ਮੇਰਾ ਕਹਿਣ ਦਾ ਮਤਲਬ ਜਿਹੜੇ ਵੱਡੇ ਵੱਡੇ ਨਗਰ ਕੀਤਕਾ ਕੱਲ ਹੀ ਨਗਰ ਕੀਤ ਕਰਦੇ ਮੈਂ ਤਾਂ ਹੈਰਾਨ ਹੋ ਗਿਆ ਮੈਂ ਤਾਂ ਕੀ ਕੀ ਇੱਕ ਇੱਕ ਦਿਨ ਦਾ 5 5 7 10 10 ਲੱਖ ਟੂਰਨਾਮੈਂਟ ਫੇਰ ਕੋਈ ਸਪੋਰਟਸ ਵਾਲਾ ਬੱਚਾ ਉਹਨੂੰ ਉਠਾਉਣ ਵੀ ਚੱਲ ਵੀ ਅੱਗੇ ਗੇਮ 'ਚ ਚੱਲ ਤੂੰ ਪੜਾਈ 'ਚ ਚੱਲ ਮੰਨ ਲੋ ਵੀ ਉਹ ਜੇ ਦੋ ਮਤਲਬ 100 ਪਿੰਡਾਂ 100 ਪਿੰਡ 'ਚੋਂ ਇੱਕ ਅਦਾ ਬੱਚਾ ਜ਼ਰੂਰ ਆਈਪੀਐਸ ਆਈਐਸ ਅਫਸਰ ਬਣੇਗਾ ਉਹਨਾਂ ਦੀ ਬਤਾਓ ਜਦੋਂ ਉਸ ਛੇਰ ਤੇ ਬੈਠੇਗਾ ਉਹ ਸੋਚੇਗਾ ਵੀ ਆ ਮੈਨੂੰ ਕੁ ਸਿੱਖਾਂ ਨੇ ਪੰਜਾਬ ਦੇ ਪਿੰਡਦਿਆਂ ਨੇ ਮੈਨੂੰ ਪਾ ਪੜਾਇਆ ਮੈਂ ਇਹਨਾਂ ਦਾ ਨਿਆਂ ਕਰਾਂ ਇਹ ਕਰਕੇ ਵੇਖਣ ਇਧਰ ਤੁਰਦੇ ਨਹੀਂ ਫਿਰ ਮੈਂ ਪੁੱਛਦਾ ਉਹਨਾਂ ਨੂੰ ਕਹਿੰਦੇ ਤੁਸੀਂ ਕਰੋ ਜੀ ਮੈਂ ਕਿਹਾ ਮੈਂ ਸਾਰਾ 13000 ਪੈਨ ਨੂੰ ਕਿੱਦਾਂ ਕਵਰ ਕਰ ਲਵਾਂ ਮੈਂ ਤਾਂ ਕਹਿੰਦਾ ਤੁਸੀਂ ਪੈਸੇ ਵੀ ਨਾ ਭੇਜੋ ਸਿੱਧੇ ਉਸ ਲੜਕੀ ਲੜਕੇ ਨੂੰ ਭੇਜੋ ਫਿਰ ਉਹ ਕੋ ਉੱਟ ਪਟ ਲੋ ਫਿਰ ਪਿੰਡ 'ਚ ਦੇਖੋ ਵੀ ਕਿੰਨਾ ਕਿਹੜੇ ਕਿਹੜੇ ਨਸ਼ਾ ਕਰਦੇ ਨੇ ਗੁਪਤ ਰੂਪ ਗੁਪਤ ਰੂਪ ਦੇ ਫਿਰ ਤੁਸੀਂ ਪੁੱਛੋ ਵੀ ਕਿਹੜੇ ਕਿਹੜੇ ਬੰਦੇ ਨੇ ਦੰਤਲੋ ਹੈਗੇ ਐਕਸ ਸਰਵਿਸ ਮੈਨ ਕੋਈ ਆਰਮੀ ਚ ਕਿਹੜੇ ਨੇ ਪ੍ਰੋਫੈਸਰ ਕਿਹੜੇ ਨੇ ਡਾਟਾ ਤਿਆਰ ਕਰੋ ਫੇ ਉਹਨਾਂ ਦੀਆਂ ਸਵਾਲਾਂ ਲਓ ਵੀ ਪਿੰਡ ਨੂੰ ਆਪਾਂ ਉੱਚਾ ਚੁੱਕੀ ਆਪਾਂ ਗਲੀਆਂ ਨਾਲੀਆਂ ਕਿਉਂ ਬਣਾਉਣੇ ਇਹ ਤਾਂ ਸਰਕਾਰ ਦਾ ਕੰਮ ਆ ਇੱਟਾਂ ਉਹਨੀਆਂ ਸਰਕਾਰ ਦਾ ਕੰਮ ਆ ਗਰਾਊਂਡਾਂ ਬਣਾਉਣੀਆਂ ਸਰਕਾਰ ਦਾ ਕੰਮ ਆ ਆਪਾਂ ਜਿਹੜੀ ਸਫਾਈ ਸੁਫੀ ਕਰਨੀ ਮੈਡਮ ਟੱਕਨ ਉਹ ਕਰਨੇ ਬੱਚਿਆਂ ਨੂੰ ਪੜਵਾ ਬੱਚਿਆਂ ਨੂੰ ਜੇ ਇਸ ਕੌਮ ਨੇ ਆਪਣੇ ਯਹੂਦੀਆਂ ਮੈਂ ਤਾਂ ਯਹੂਦਿਆਂ ਤੋਂ ਸਿੱਖਿਆ ਮੈਂ ਅਕੈਡਮੀ ਚ ਗਿਆ ਉਹਨਾਂ ਨੇ ਐਜੂਕੇਸ਼ਨ ਨੂੰ ਤਰਜੀਹ ਦਿੱਤੀ ਇਸ ਟਾਈਮ ਦੁਨੀਆ ਤੇ ਰਾਜ ਕਰੇ ਇਕਨੋਮੀ ਉਹਨਾਂ ਦੇ ਹੱਥਾਂ ਅਮਰੀਕਾ ਦਾ ਸਾਰਾ ਸਿਸਟਮ ਆਤਾ ਹਰ ਪੋਸਟ ਆਉਣਾ ਕੋ ਆ ਹਰ ਦੂਸਰੀਆਂ ਅਥਾਰਟੀ ਉਹਨਾਂ ਕੋ ਆ ਜਿੰਨੀਆਂ ਵੀ ਵੱਡੀਆਂ ਹੈਗੀਆਂ ਆਪਣੀ ਮਿਨਿਸਟਰੀਆਂ ਉਹਨਾਂ ਦੇ ਕੋਲ ਕਿਉਂ ਉਹਨਾਂ ਨੇ ਪੜ੍ਹਾਈ ਨੂੰ ਤਰਜੀਹ ਦਿੱਤੀ ਅਸੀਂ ਕੀ ਤਰਜੀਹ ਦਿੱਤੀ ਅਸੀਂ ਜਿਹੜਾ ਬੱਚਾ ਇਥੋਂ ਟਰੈਕਟਰ ਛੜਦਾ ਵਾ ਉਹ ਜਾ ਕੇ ਅਮਰੀਕਾ ਟੱਕ ਪਾ ਲਿੰਦਾ ਸਾਡਾ ਕਾਰੋਬਾਰ ਇਹ ਹੈ ਵੱਧ ਤੋਂ ਵੱਧ ਵੱਡੇ ਤੋਂ ਵੱਡਾ ਸਾਡਾ ਬਿਜ਼ਨਸ ਹੈ ਅਸੀਂ ਨਾ ਮੋਈ ਛੜ ਦਿੱਤਾ ਧਰਤੀ ਨਾ ਕਿਉਂ ਅਸੀਂ ਭੱਜ ਜੇ ਜੇ ਅਸੀਂ ਪਿੰਡਾਂ ਨੂੰ ਇਸ ਤਰੀਕੇ ਨਾਲ ਕਰੀਏ ਪਿੰਡਾਂ 'ਚ ਦਰਖਤ ਲੱਗਣ ਉਹ ਬੱਚੇ ਲੋਰ ਬੱਚਿਆਂ ਨੂੰ ਤੇ ਛਾਂ ਹੋਵੇ ਫੇ ਮਹੀਨੇ ਦੋ ਮਹੀਨੇ ਟੂਰ ਲਾਉਣ ਉਹਨਾਂ ਦਾ ਕਿੰਨਾ ਸੁਣਾ ਪੇ ਕੈਂਪ ਲਾਉਣ ਆਪਣੇ ਸਾਲਾਨਾ ਇੱਕ ਵਾਰੀ ਗਰਮੀ ਨੂੰ ਕੈਂਪ ਲਾਉਣ ਗੁਰਮਤ ਦੇ ਕੈਂਪ ਲਾਉਣ ਉੱਥੇ ਗੁੱਡ ਚੰਗੇ ਮਤਲਬ ਨੂੰ ਕਰੈਕਟਰ ਦੱਸਾਂ ਵੀ ਤੁਸੀਂ ਕਿੰਦਾ ਸੇਵਾ ਕਰਨ ਜਦੋਂ ਅਸੀਂ ਰੋਜ਼ ਹੀ ਉਹਨੂੰ ਸਮਝਾਵਾਂਗੇ ਕਰਾਂਗੇ ਹੁਣ ਸਕੂਲਾਂ 'ਚ ਤਾਂ ਟਾਈਮ ਨਹੀਂ ਇਹ ਪੁਰਾਣੇ ਸਮੇਂ ਸਾਨੂੰ ਸਕੂਲ ਦਾ 'ਚ ਦੱਸਣੀ ਸੀ ਵੀ ਤੂੰ ਝੂਠ ਨਹੀਂ ਬੋਲਣਾ ਇਹ ਰੈਪੇਰੀ ਨਹੀਂ ਕਰਨੀ ਕਿਦਰ ਦੇ ਹੁਣ ਤਾਂ ਕੋਈ ਦੱਸਦਾ ਨਹੀਂ ਕਿਸੇ ਕੋ ਸਮਾਂ ਹੀ ਨਹੀਂ ਹਨਾ ਹੁਣ ਤਾਂ ਮੈਂ ਕਈ ਬੱਚਿਆਂ ਨੂੰ ਪੁੱਛਦਾ 10ਵੀਂ ਵਾਲੇ ਬੱਚਿਆਂ ਨੂੰ ਜਰਬ ਤਕਸੀਮ ਨਹੀਂ ਮੈਂ ਪੁੱਛ ਲਿੰਦਾ ਜਿਹੜੇ ਸਾਡੇ ਪਿੰਡਾਂ ਚ ਬੱਚੇ ਬੜਦੇ 100 ਰੁਪਏ ਤੈਨੂੰ ਦਿੱਤਾ ਤੇ 70 ਦੀ ਚੀਜ਼ ਆਈ ਤੇ ਕਿੰਨੇ ਬਚੇ ਕੋਈ ਕਹਦਾ 20 ਬਚੇ ਕੋਈ ਕਹਦਾ 10 ਬਚ ਆਹ ਹਾਲਾਤ ਬਣੇ ਹੋਏ ਉਹ ਪਾਸ ਕਰੀ ਜਾਂਦੀ ਜੇ ਮੈਂ ਪੁੱਛੀਦਾ ਕੌਣ ਪਾਸ ਕਰਦਾ ਜੀ ਕਹਿੰਦੇ ਸਾਰਾ ਮੈਨੂੰ ਪਹਿਲਾਂ ਪਤਾ ਨਹੀਂ ਮੈਡਮਾਂ ਨੂੰ ਮੈਡਮਾਂ ਨੂੰ ਵੀ ਐਸੇ ਸਾਰ ਕਹਿੰਦੇ ਮੈਂ ਕਿਹਾ ਤੁਹਾਡੇ ਤਾਂ ਬੀਬੀਆਂ ਕਹਿੰਦੇ ਹਾਂ ਉਹ ਹੀ ਕਰਾ ਦਿੰਦੀਆਂ ਪੇਪਰ ਪਾਸ ਕਰਾ ਦਿੰਦੀਆਂ ਜਿਹੜੇ ਬੱਚੇ ਨੂੰ 10ਵੀਂ ਤੱਕ ਪਾਸ ਹੀ ਕਰੀ ਜਾਣਾ ਜਾਂ ਪਲੱਸ 2 ਉਹ ਕੀ ਬੱਚਾ ਪੜੂਗਾ ਜੀ ਬੱਚੇ ਨਾ ਤਾਂ ਸਾਡੇ ਬੱਚੇ ਨੂੰ ਅੰਗਰੇਜ਼ੀ ਆਉਂਦੀ ਲਿਖਣੀ ਤੁਸੀਂ ਮੈਂ ਐਵਰੇਜ ਕਹਿਣਾ ਸਾਰੇ ਨਹੀਂ ਹੋ ਸਕਦੇ ਕਿਸੇ ਨੂੰ ਵੀ ਕਹ ਦਿਓ ਪੰਜਾਬੀ ਚ ਚਿੱਠੀ ਲੈ ਨਹੀਂ ਲਿਖ ਸਕਦਾ ਜਾਂ ਚੱਲ ਅੰਗਰੇਜ਼ੀ ਚ ਲੈ ਤੂੰ ਮੀਡੀਅਮ ਮੀਡੀਅਮ ਤੇ ਰੈਂਕ ਅੰਗਰੇਜ਼ੀ ਚ ਲਿਖ ਸਕਦਾ ਕੋਈ ਪਛਾਣੀ ਆਉਦੀ ਹੱਦੀ ਹੋ ਗਈ ਸਾਡੀ ਮੇਰੀ ਸਿਸਟਰ ਆ ਕੇ ਇੰਗਲੈਂਡ ਗਈ 1968 ਦੀ ਚਾਰਜ ਮੈਂ ਤਾਂ ਪਾਸ ਪੰਜਵੀਂ ਸਾਡੇ ਪਿੰਡ ਹੈ ਨਹੀਂ ਉਹ ਚਿੱਠੀ ਬਹੁਤ ਵਧੀਆ ਪੰਜਾਬੀ ਚ ਲਿਖਦੀ ਹੁਣ ਕੁਝ ਵੀ ਨਹੀਂ ਆਉਂਦਾ ਸਾਡਾ ਸਾਰਾ ਸਿਸਟਮ ਹੀ ਟੈਸ਼ਲੈਸ਼ ਹੋ ਗਿਆ ਸਾਡੇ ਬੱਚੇ ਕਿੱਦਾਂ ਜੱਜ ਦੀ ਕੁਰਸੀ ਤੇ ਬੈਠਣਗੇ ਜੀ ਕਦਾ ਆਈ ਐਸ ਆਈ ਆਈ ਪੀ ਐਸ ਆਈ ਐਫ ਐਸ ਆਈ ਆਰ ਐਸ ਕੇ ਮੈਂ ਕਿਵੇਂ ਬਣ ਗਏ ਸਾਡਾ ਜਦੋਂ ਪੜ੍ਹਾਈ ਦਾ ਬੇਸ ਹੀ ਨਹੀਂ ਗਿਆ ਇਸ ਕਰਕੇ ਉਹ ਵਿਦੇਸ਼ ਵਾਲੇ ਬੰਦੇ ਸੌਖਾ ਕੰਮ ਕਰ ਸਕਦੇ ਦੂਸਰਾ ਇੱਕ ਨਿੱਕਾ ਜਿਹਾ ਕੰਮ ਹੋਰ ਆ ਵਿਦੇਸ਼ ਵਿੱਚ ਤੁ ਸਾਡੀ ਇਹ ਸੁਣਿਆ ਜਾਂਦਾ ਚਾ ਨਾ ਮੈਂ ਕਹਿੰਦਾ ਵੀ ਜਦੋਂ ਮੈਂ ਹੱਸ ਕੇ ਕਹਿੰਦਾ ਤੁਸੀਂ ਕਰਨਾ ਚਾਹੁੰਦੇ ਕਹਿੰਦੇ ਕਿਉਂ ਮੈਂ ਕਹਿੰਦਾ ਵੀ ਤੁਸੀਂ ਜ਼ਮੀਨ ਠੇਕੇ ਦੇ ਦਿੰਦੇ ਜਿਆਦਾ ਕਿਸਾਨੀ ਨਾਲ ਸੰਬੰਧਿਤ ਪੰਜਾਬ ਦੇ ਤੁਸੀਂ ਠੇਕੇਦਾਰ ਨੂੰ ਕਹੋ ਵੀ ਜੇ 50000 ਠੇਕਾ ਹੁਣ ਤਾਂ 80 80 ਜਾਂ ਠੇਕਾ ਹੋਗਾ ਹਰ ਦੀ ਹੋਗੀ ਤੁਸੀਂ ਕਹੋ 50000 ਦੀ ਬਜਾਏ ਮੈਂ ਚਾਰੀ ਲਊਂਗਾ ਦਰਾਖਤਾਂ ਮੇਰੀ ਜਮੀਨ ਦੀ ਦਰਾਖਤ ਪਾਲ ਉਹ ਕਿਹੜਾ ਸਦਾਈ ਬੰਦਾ ਜਿਹਨੂੰ 10000 ਤੁਸੀਂ ਛੱਡੋਗੇ ਪੈਸੇ ਜੋ ਤੁਸੀਂ ਤੁਸੀਂ ਪੈਂਡ ਚ ਆਉਣਾ ਐਵੇਂ ਪੁੱਠਿਆ ਕੰਮਾਂ ਚ ਇੱਥੇ ਖਰਚ ਤੇ ਨੇ ਜਾਂ ਕੱਪੜੇ ਖਰੀਦੀ ਗਏ ਜਾਂ ਹੋਰ ਖਰੀਦੀ ਗਏ ਜਾਂ ਐ ਕਰੀ ਗਏ ਤੁਸੀਂ ਉਹ ਉਹ ਕੰਮ ਕਰੋ ਜਦੋਂ ਜਿਹੜੇ ਬੰਦੇ ਨੂੰ 10000 ਰੁਪਈਆ ਛੱਡਤਾ ਤੁਹਾਡੇ ਜੇ 20 ਦਰਖਤ ਵਿਪਾਰ ਤੇ ਦਰਖਤਾਂ ਦਾ ਫਾਇਦਾ ਵੀ ਪੈਸੇ ਵੀ ਬਣਨਗੇ ਉਹਨਾਂ ਦਰਖਤਾਂ ਦੇ ਦੇਖੋ ਵਾਤਾਵਰਣ ਕਰਤਾ ਬਣੂ ਸਾਰੇ ਐਨ ਆਰ ਆਈ ਇਹ ਕਰਦੇ ਹਨ ਆਪਣੀਆਂ ਆਪਣੀਆਂ ਜ਼ਮੀਨਾਂ 'ਚ ਕਹਿਣਾ ਸੀ ਇੱਕ ਖੇਤ 'ਚ ਆਹ ਦਰਖਤ ਲਾਉਣੇ ਆ ਤੈਨੂੰ ਇੰਨੇ ਛੱਡੇ ਪੈਸੇ ਤੂਏ ਪਰ ਸਾਨ ਨਹੀਂ ਦੇਣੇ ਹੁਣ ਸਾਨ ਦੀ ਜਦੋਂ ਸਾਨ ਨਹੀਂ ਦੇਣੇ ਅੱਗ ਵੀ ਨਹੀਂ ਲਾਊਗਾ ਹਮ ਨਾਲ ਨੂੰ ਅੱਗ ਨਹੀਂ ਲਾਊਗਾ ਉਹਨੂੰ ਪਤਾ ਮੈਨੂੰ 10000 ਰੁਪਈਆ ਮੇਰਾ ਫੇ ਉਹਨੂੰ ਕਿਹਾ ਜਾਵੇ ਜੇ ਤੂੰ ਬੜ ਕੇ ਅੱਗ ਲਾਈ ਅਹੀਂ ਤੇ ਕੁਝ ਵੀ ਛਡਾ ਲੈਣੀ ਹਮ ਮਤਲਬ ਬਹੁਤ ਕੁਝ ਹੋ ਸਕਦਾ ਬਾਕੀ ਸਰਕਾਰ ਦੀ ਨਿਯਾਇਕ ਆ ਜੀ ਜਿਹੜਾ ਪੰਜਾਬ ਆ ਝੋਨੇ ਵਾਲੀ ਜ਼ਮੀਨ ਹੀ ਨਹੀਂ ਝੋਨੇ ਵਾਲਾ ਵਾਤਾਵਰਨ ਇਹਥੇ ਜਿਹੜਾ ਬੈਦਰ ਆ ਝੋਨੇ ਵਾਲਾ ਦੀ ਝੋਨਾ ਉੱਥੇ ਹੁੰਦਾ ਜਿੱਥੇ ਆਵਾ ਗੌਣ ਪਾਣੀ ਜਾਂ ਨਹਿਰਾਂ ਦਾ ਪਾਣੀ ਤੁਰਿਆ ਜਾਂਦਾ ਕੋਈ ਵੀ ਦੁਨੀਆ ਦੇ ਮੁਲਕ ਨਹੀਂ ਮੈਨੂੰ ਲੱਗਾ ਇਹ ਪੰਜਾਬ ਚੜਦਾ ਤੇ ਲੈਂਦਾ ਲੈਂਦਾ ਥੋੜਾ ਜਿਹਾ ਘਟ ਉੱਥੇ ਨਹਿਰਾ ਹੈ ਗਿਆ ਇਹੇ ਇਲਾਕਾ ਜਿੱਥੇ ਥੱਲੇ ਵਾਲਾ ਪਾਣੀ ਕੱਢ ਕੇ ਝੋਨਾ ਪੈਦਾ ਹੋ ਰਿਹਾ ਹੈ ਹੈਰਾਨਗੀ ਵਾਲੀ ਗੱਲ ਕਿਉਂਕਿ ਸਰਕਾਰ ਇੱਥੇ ਸਰਕਾਰ ਇਹਨੂੰ ਕੱਢਣਾ ਨਹੀਂ ਚਾਹੁੰਦੀ ਚੁੰਗੜ ਚ ਫਸਾ ਲਿਆ ਕਿਸਾਨ ਨੂੰ ਕਿਸਾਨ ਨੂੰ ਕੱਢਣਾ ਚਾਹੁੰਦੀ ਦਾਣਾ ਬਾਹਰੋਂ ਵਗਾ ਰਹੇ ਨੇ ਸਾਰੀਆਂ ਦਾਣਾਂ ਬਾਹਰੋਂ ਵਗਾ ਰਹੇ ਨੇ ਉਹ ਮਹਿੰਗਿਆ ਵਗਾ ਰਹੇ ਨੇ ਦਾਣਾਂ ਤੇ ਸਬਸਿਡੀ ਦੇ ਦਿੰਦੇ ਇਹ ਕਿਸਾਨ ਨੂੰ ਦਾਣਾਂ ਤੇ ਸਬਸਿਡੀ ਦੇਣ ਦਾਣਾਂ ਨੂੰ ਪਾਣੀ ਨਹੀਂ ਚਾਹੀਦਾ ਨਾ ਮੋਠਾ ਨਹੀਂ ਨਾ ਮਸਲਾ ਨਹੀਂ ਪਾਣੀ ਚਾਹੀਦਾ ਇੱਕ ਅੱਧਾ ਪਾਣੀ ਚਾਹੀਦਾ ਆ ਕੋਦਰਾ ਕੰਗਣੀ ਸਵਾਕ ਕੁਟਕੀ ਵਗੈਰਾ ਇਹ ਇਸ ਟਾਈਮ 200 ਰੁਪਏ ਕਿਲੋ ਵਿਕ ਰਿਹਾ ਖਾਦੀ ਹੋਈ ਬਿਲਕੁਲ ਤੇ ਕੋਦਰਾ 110 20 ਨੂੰ ਵਿਕ ਰਿਹਾ ਤੇ 15 15 ਕਵਾਂਟਲ ਕੋਦਰਾ ਹੋ ਜਾਂਦਾ 1.5 ਲੱਖ ਦਾ ਕੋਦਰਾ ਹੋ ਜਾਂਦਾ ਇੱਕ ਪਾਣੀ ਦੀ ਲੋੜ ਆ ਉਧਰ ਨੂੰ ਨਹੀਂ ਤੋਰੂਗੀ ਸਰਕਾਰ ਵੀ ਤੋਰੂਗੀ ਤੇ ਇੱਥੇ ਫਸੇ ਕਿਸਾਨ ਫਸੇ ਰਹਿਣ ਇਹ ਤੋਂ ਬੜਾ ਇੱਕ ਮੱਕੀ ਆ ਗਈ ਜੀ ਮੱਕੀ ਉਦੋਂ ਖਤਰਨਾਕ ਆ ਝੋਨੇ ਤੋਂ ਜ਼ਿਆਦਾ ਪਾਣੀ ਮੱਕੀ ਨੇ ਨਹੀਂ ਗਰਮੀ ਕਿਸਾਨ ਕਰੇ ਕਿ ਉਧਰ ਠੇਕਾ ਵਧੀ ਜਾਂਦਾ ਕਿਸਾਨ ਫਸਲਾਂ ਵਧਾਈ ਜਾਂਦਾ ਜਿਹੜੀਆਂ ਫਸਲਾਂ ਦਾ ਪੰਜਾਬ ਨੂੰ ਨੁਕਸਾਨ ਆ ਥੱਲੇ ਪਾਣੀ ਕੱਢਿਆ ਉਹ ਹੀ ਫਸਲਾਂ ਪੰਜਾਬ ਚ ਵੜੀਆਂ ਹੈਰਾਨ ਕੀ ਇਹ ਗੱਲ ਕੋਈ ਰੋਗ ਸਾਮ ਨਹੀਂ ਕੋਈ ਰੋਲਾ ਨਹੀਂ ਪੈਂਦਾ ਕੋਈ ਨਹੀਂ ਰੋਲਾ ਪੈਂਦਾ ਬਾਰਡਰ ਖੋਲੋ ਕੋਈ ਨਹੀਂ ਰੋਲਾ ਪੈਂਦਾ ਅਸੀਂ ਪਾਣੀ ਥੱਲੇ ਵਾਲਾ ਕਿਉਂ ਕੱਢੀ ਨਹਿਰਾ ਦਾ ਪਾਣੀ ਦਿਓ ਨਾ ਜਦੋਂ ਫਲੱਡ ਆਉਨੇ ਉਹਦੋਂ ਪੰਜਾਬ ਰੋਟ ਜਾਂਦਾ ਤੇ ਫਾਇਦਾ ਲੱਗਦੇ ਸਟੇਟਾਂ ਇੱਧਰ ਆਈ ਜਾਂਦੀ ਜੇ ਸਹੀ ਇਹਨੂੰ ਪ੍ਰੋਪਰ ਵਰਤੋਂ ਹੋਵੇ ਦੀ ਪੰਜਾਬ ਬਚ ਸਕਦਾ ਪੰਜਾਬ ਵਰਗੀ ਕੋਈ ਧਰਤੀ ਨਹੀਂ ਦੁਨੀਆ ਤੇ ਇਹ ਪੰਜਾਬ ਬਚਾਉਣ ਨੂੰ ਆਪਾਂ ਸਾਰੇ ਰਲ ਮਿਲ ਕੇ ਯੋਗਦਾਨ ਪਾਈਏ ਇਹ ਮੇਰੀ ਦੇਸ਼ ਵਿਦੇਸ਼ ਦੇ ਸਾਰਿਆਂ ਨੂੰ ਪੰਜਾਬੀਆਂ ਨੂੰ ਬੇਨਤੀ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਫਾਇਦਾ ਵੀ ਬਹੁਤ ਬਹੁਤ ਦਾ ਬਹੁਤ ਕੁਝ ਹੋਈ ਠੀਕ ਹੈ ਜੀ ਐਸੀ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਹੈ ਮਸਲੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ